ਬਸ ਹੈ ਕਰਣਾ ਨਿਧ ਮੇਰੀ ਅਬੈ ਬਿਨਤੀ ਸੁਣ ਲੀ ਔਰ ਨਮਾਂਗਤ ਔਰ ਨਮਾਂਗਤ ਹੋ ਤੁਮ ਤੇ ਕਛ ਚਾਹਤ ਹੋ ਚਿਤ ਮੈਂ ਸੋਈ ਕੀ ਜੈ ਪਹਿਲਾ ਮਰਨ ਕਬੂਲ ਮਰਨ ਜੀਵਨ ਕੀ ਛੱਡਿਆ ਉਹ ਸਭਨਾ ਕੀ ਰੇਣੁਕਾ ਤੋ ਹਮਾਰੇ ਆਨੰਦ ਗੁਣੀ ਨਿਧਾਨ ਆਨੰਦ ਗੁਣੀ ਨਿਧਾਨ ਗੁਰੂ ਗਰੀਬ ਨਿਵਾਜ ਗਰੀਬ ਨਿਵਾਜ ਗਰੀਬ ਨਿਵਾਜ ਮਰਨੇ ਸਧੋਰਾ ਲੀਨ ਜਬ ਹੱਥ ਸਧੋਰਾ ਲੀਨ ਮਰਨੇ ਤੇ ਕਿਆ ਡਰ ਡਰ ਨਾ ਡਰ ਨਾ
चरण नमन लोक
रंग सो रंग सो
ਵਾਹਿਗੁਰੂ ਜੀ ਕਾ ਖਾਲਸਾ।
ਖਾਲਸਾ ਵਾਹਿਗੁਰੂ ਸ਼ਬਦ ਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਸ ਗੁਰੂ ਸਾਹਿਬਾਨ ਦੀ ਜਗਦੀ ਜੋਤ ਪਾਵਨ ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਸੱਜ ਬੈਠੀ ਗੁਰੂ ਰੂਪ ਸਾਧ ਸੰਗ ਜੀਓ ਫਤਿਹ ਬੁਲਾਉਣ ਦਾ ਜੋ ਹੈ ਡਿਊਟੀ ਅਦਾ ਕੀਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਰਦ ਭਰੇ ਦਿਲ ਨਾਲ ਸੰਗਤ ਯਾਦ ਪਈ ਕਰਦੀ ਹੈ ਜੂਨ 84 ਤੀਸਰਾ ਘੱਲੂਘਾਰਾ ਐਕਸ਼ਨ ਬਲੂ ਤਤਕਾਲੀ ਸਰਕਾਰ ਦਾ ਹਮਲਾ ਗੁਰਧਾਮਾਂ ਤੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਫਿਰ ਪ੍ਰਮੁੱਖ ਸਿੰਘਾਂ ਦੇ ਸਾਥ ਵਿੱਚ ਸੰਗਤਾਂ ਦੀ ਅਗਵਾਈ ਕਰਦਿਆਂ ਦਮਦਮੀ ਟਕਸਾਲ ਦੇ 14ਵੇਂ ਮਹਾਂਪੁਰਖ ਮਰਦੇ ਮਜਾਹਿਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਜੀ ਨੇ ਡਟ ਕੇ ਸਿੱਖੀ ਪਰੰਪਰਾਵਾਂ ਸ਼ਹੀਦੀ ਪਰੰਪਰਾਵਾਂ ਨੂੰ ਕਾਇਮ ਰੱਖਦਿਆਂ ਜੀਵਨ ਦੀ ਆਹੂਤੀ ਦਿੱਤੀ ਸ਼ਹੀਦੀ ਪ੍ਰਾਪਤ ਕੀਤੀ ਸ਼ਹੀਦੀ ਪਰੰਪਰਾ ਨੂੰ ਅੱਗੇ ਤੋਰਿਆ ਤੇ ਪਾਵਨ ਸਥਾਨਾਂ ਦੀ ਰੱਖਿਆ ਕੀਤੀ। ਫਿਰ ਜੂਨ 1919 ਹੈ 35 ਸਾਲ ਦਾ ਦੁੱਖ ਭਰਿਆ ਸਮਾਂ ਨਸੂਰ ਫੁੱਟੇ ਪਏ ਨੇ ਸਾਰੀ ਸੰਗਤ ਪਰਸੋਂ ਤੋਂ ਕੱਲ ਤੋਂ ਤੇ ਅੱਜ ਵੀ ਸ਼ਹੀਦੀ ਦੀਵਾਨਾਂ ਦੇ ਵਿੱਚ ਸ਼ਰਕਤ ਪੇ ਕਰ ਰਹੀ ਹੈ। ਸਭਨਾ ਦੀ ਤੀਬਰ ਇੱਛਾ ਸੀ ਕਿ ਦਮਦਮੀ ਟਕਸਾਲ ਦੇ ਵਰਤਮਾਨ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਜੀ ਵੀ ਦਰਸ਼ਨ ਦੇਣ ਆਪ ਜੀ ਪੁੱਜੇ ਨੇ। ਟਾਈਮ ਕੱਢ ਕੇ ਸਮਾਂ ਕੱਢ ਕੇ ਸੰਗਤਾਂ ਨਾਲ ਪਿਆਰ ਪਾਲ ਕੇ ਆਸਣ ਤੇ ਬਿਰਾਜਮਾਨ ਨੇ ਉਹਨਾਂ ਨੇ ਗੁਰੂ ਘਰ ਦਾ ਇਤਿਹਾਸ ਗੁਰੂ ਘਰ ਦੀ ਕਥਾ ਸਰਵਣ ਕਰਾ ਕੇ ਸਿੰਘਾਂ ਸ਼ਹੀਦਾਂ ਨੂੰ ਵੱਡੇ ਮਹਾਂਪੁਰਖਾਂ ਨੂੰ ਸ਼ਰਧਾਂਜਲੀ ਸਹਾਨੁਭੂਤੀ ਦਰਸਾਉਣੀ ਹੈ। ਆਵੋ ਇੱਕ ਚਿੱਤ ਹੋ ਕੇ ਬੈਠੀਏ। ਮੈਂ ਮਹਾਂਪੁਰਖਾਂ ਦੇ ਚਰਨਾਂ 'ਚ ਬੇਨਤੀ ਕਰਾਂ ਜੀਆਂ ਨੂੰ ਦਰਸ਼ਨ ਦਾ ਦਾਤ ਦਿਓ ਸਤਿਕਾਰ ਆਪ ਜੀ ਦਾ ਬਹੁਤ ਬਹੁਤ ਮਹਾਂਪੁਰਖੋ ਬੇਨਤੀ ਸੰਗਤ ਦੀ ਪ੍ਰਵਾਨ ਕਰੋ ਇਹ ਸਿੱਖ ਇਤਿਹਾਸ ਨਾਲ ਕੇ ਸ਼ਹੀਦੀ ਪਰੰਪਰਾਵਾਂ ਦੇ ਬਾਰੇ ਰੋਸ਼ਨੀ ਪਾ ਕੇ ਸਾਨੂੰ ਕਰਤਾਰਤ ਕਰੋ। ਸੰਗਤ ਜੀ ਆਗਿਆ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅਰਜਨ ਬੇਗਨਨ ਕੇ ਨਾ
ਨਾਸਕ ਬੇਗਨਨ ਕੇ ਨਾਸਕ ਹਰ ਗੋਬਿੰਦ ਸੋਭ ਸੁਮਤ ਪ੍ਰਕਾਸ਼ਕ ਸ੍ਰੀ ਹਰ ਜਿਸਮਹ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦਾ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੇਠਾ ਉਗਵੰਦਾ ਦੋ ਅਪਰ ਸੁਭਾਗਾ ਤੀਨ ਚੂਹਣੀਏ ਪੁਰ ਮਹਿ ਬਸਾ ਜਾਤ ਅਰੋੜੇ ਚੀਨ ਸੇਠਾ ਉਗਵੰਦਾ ਦੋ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਗਰੀਬ ਨਿਵਾਜ ਦਸਮ ਪਾਤਸ਼ਾਹੀਆਂ ਦੇ ਪਾਵਨ ਪ੍ਰਤੱਖ ਸਰੂਪ ਤਖ਼ਤ ਚਬਰ ਛਤਰ ਦੇ ਮਾਲਕ ਸਤਿਗੁਰੂ ਲੋਕ ਪ੍ਰਲੋਕ ਦੀਆਂ ਬਖਸ਼ਿਸ਼ਾਂ ਦੇ ਦਾਤੇ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਰਮ ਪਵਿੱਤਰ ਹਜ਼ੂਰੀ ਵਿਖੇ ਜੁੜ ਕਰਕੇ ਨਗਰ ਚੌਧਰੀ ਵਾਲ ਦੀਆਂ
ਸਮੁੱਚੀਆਂ ਸੰਗਤਾਂ ਵੱਲੋਂ ਇਹ ਉਪਰਾਲਾ ਉੱਦਮ ਹਰ ਸਾਲ ਦੀ ਕਿ ਤਰ੍ਹਾਂ ਕੀਤਾ ਗਿਆ ਹੈ ਕਿ 6 ਜੂਨ 1984 ਦੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਅਤੇ ਮਹਾਂਪੁਰਖਾਂ ਦੀ ਯਾਦ ਵਿੱਚ ਜੋ ਸ਼ਹੀਦੀ ਦੀਵਾਨ ਲੜੀਵਾਰ ਚੱਲ ਰਹੇ ਹਨ ਉਹਨਾਂ ਵਿੱਚੋਂ ਇੱਕ ਦਿਨ ਦਾ ਸਮਾਗਮ ਇਸ ਅਸਥਾਨ 'ਤੇ ਰੱਖਿਆ ਜਾਂਦਾ ਹੈ। ਆਪ ਜੀ ਨੇ ਜਥੇ ਦੇ ਭਟੰਗੀ ਸਿੰਘਾਂ ਤੋਂ ਅਤੇ ਰਾਗੀ ਭਾਈ ਰਣਜੀਤ ਸਿੰਘ ਜੀ ਦੇ ਜਥੇ ਤੋਂ ਗੁਰਬਾਣੀ ਦਾ ਬਹੁਤ ਹੀ ਰਸ ਭਿੰਨਾ ਕੀਰਤਨ ਸਰਵਣ ਕੀਤਾ ਹੈ। ਆਓ ਮਨ ਬਿਰਤੀ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਪਰਮ ਪਵਿੱਤਰ ਗੁਰ ਇਤਿਹਾਸ ਦੀ ਕਥਾ ਸਰਵਣ ਕਰੋ। ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਭਾਈ ਸੇਠਾ, ਭਾਈ ਉਗਵੰਦਾ ਔਰ ਭਾਈ ਸੁਭਾਗਾ ਤਿੰਨ ਸਿੱਖ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਏ ਹਨ। ਉਹ ਸਤਿਗੁਰਾਂ ਨੂੰ ਜੋ ਬੇਨਤੀਆਂ ਕਰ ਰਹੇ ਹਨ ਉਹਨਾਂ ਦੀਆਂ ਬੇਨਤੀਆਂ ਸੁਣ ਕੇ ਜੋ ਸਤਿਗੁਰੂ ਜੀ ਨੇ ਉੱਤਰ ਦਿੱਤੇ ਹੈ ਉਹਨਾਂ ਸਿੱਖਾਂ ਦੀ ਸ਼ੰਕਾ ਨਿਵਰਤ ਕੀਤੀ ਹੈ। ਉਹ ਬਹੁਤ ਹੀ ਰਸਦਾਇਕ ਗੁਰੂ ਕੇ ਇਤਿਹਾਸ ਦੀ ਕਥਾ ਹੈ। ਆਪ ਸੰਗਤਾਂ ਸ਼ਰਧਾ ਭਾਵਨਾ ਨਾਲ ਸਰਵਣ ਕਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੇਠਾ ਉਗਵੰਦਾ ਦੋ। ਭਾਈ ਸੇਠਾ ਅਤੇ ਭਾਈ ਉਗਵੰਦਾ ਦੋਨੋਂ ਸਿੱਖ ਅਪਰ ਸੁਭਾਗਾ ਤੀਨ। ਤੀਜਾ ਭਾਈ ਸੁਭਾਗਾ ਹੈ ਇਹਨਾਂ ਦੇ ਨਾਲ। ਚੂਹਣੀਏਪੁਰ ਮੈਂ ਬਸਾ। ਲਾਹੌਰ ਦੇ ਇਲਾਕੇ ਵਿੱਚ ਚੂਹਣੀਏਪੁਰ ਨਗਰ ਹੈ, ਬੜਾ ਭਾਰੀ ਪ੍ਰਸਿੱਧ। ਇਸ ਨਗਰ ਵਿੱਚ 6ਵੇਂ ਪਾਤਸ਼ਾਹ ਜੀ ਨੇ ਵੀ ਚਰਨ ਪਾਏ ਹਨ। ਇਹ ਨਗਰ ਇਹਨਾਂ ਦੇ ਵਸਣ ਵਾਲਾ ਨਗਰ ਹੈ, ਭਾਵ ਚੂਹਣੀਏਪੁਰੀ ਵਿੱਚ, ਭਾਵ ਉੱਥੋਂ ਦੇ ਸ਼ਹਿਰ ਵਿੱਚ, ਉਸ ਨਗਰ ਵਿੱਚ ਰਹਿਣ ਵਾਲੇ ਗੁਰੂ ਕੇ ਸਿੱਖ ਹਨ। ਜਾਤ ਅਰੋੜੇ ਚੀਨ। ਜਾਣਨਾ ਕਰੋ ਅਰੋੜੇ ਜਾਤੀ ਵਿੱਚੋਂ ਇਹ ਤਿੰਨੇ ਸਿੱਖ ਸਤਿਗੁਰੂ ਜੀ ਦੇ ਦਰਸ਼ਨ ਕਰਨ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਹੈ। ਚੌਪਈ ਸਿੱਖਨ ਕੀ ਸੇਵਾ ਨਿਤ ਕਰਾਂ। ਗੁਰਸਿੱਖਾਂ ਦੀ ਸੇਵਾ ਹਮੇਸ਼ਾ ਵਾਸਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਇਹ ਸਿੱਖ ਆਪਣੇ ਘਰ ਵਿੱਚ ਜੋ ਵੀ ਸਿੱਖ ਆਉਂਦਾ ਹੈ ਉਸ ਦੀ ਸ਼ਰਧਾ ਨਾਲ ਸੇਵਾ ਕਰਦੇ ਹੈ। ਨਿਸਮਹਿ ਜਾਗ ਗੁਰੂ ਔਰ ਧਰੈ। ਵੱਡੀ ਰਾਤ ਤੋਂ ਜਾਗ ਕੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ, ਅੰਮ੍ਰਿਤ ਵੇਲੇ ਚੌਂਕੜਾ ਮਾਰ ਕੇ ਘਰ ਵਿੱਚ ਬੈਠ ਕੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦੇ ਆ, ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪਦੇ ਹਨ ਸਾਰੀ ਰਾਤ ਅੰਮ੍ਰਿਤ ਵੇਲੇ ਤੱਕ। ਅੰਮ੍ਰਿਤ ਵੇਲੇ ਉੱਠ ਕੇ ਨਾਮ ਦਾ ਸਿਮਰਨ ਕਰਦੇ ਆ, ਨਾਮ ਦਾ ਜਾਪ ਕਰਦੇ ਹਨ। ਸ਼ੁਧਤ ਸਿੱਖ ਕੋ ਦੇਤ ਆਹਾਰਾ। ਜਿਹੜਾ ਕੋਈ ਭੁੱਖਾ ਸਿੱਖ ਇਹਨਾਂ ਨੂੰ ਮਿਲਦਾ ਉਸ ਨੂੰ ਬੜੇ ਪ੍ਰੇਮ ਨਾਲ ਸੱਦ ਕੇ, ਜਾਂ ਜਿੱਥੇ ਵੀ ਕੋਈ ਸਿੱਖ ਹੁੰਦਾ ਲੋੜਵੰਦ ਉਸ ਲਈ ਪ੍ਰਸ਼ਾਦਾ ਲੰਗਰ ਤਿਆਰ ਕਰਕੇ ਉਸ ਨੂੰ ਜਾ ਕੇ ਛਕਾਉਂਦੇ ਆ। ਨਗਨ ਕੋ ਬਸਤਰ ਉਦਾਰਾ। ਜਿਨ੍ਹਾਂ ਨੂੰ ਬਸਤਰਾਂ ਦੀ ਲੋੜ ਹੈ, ਜਿਨ੍ਹਾਂ ਦੇ ਤਨ ਉੱਤੇ ਕੋਈ ਬਸਤਰ ਨਹੀਂ ਹੁੰਦਾ ਪਾਉਣ ਵਾਸਤੇ, ਉਹਨਾਂ ਨੂੰ ਬਸਤਰ ਵੀ ਬੜੇ ਪ੍ਰੇਮ ਨਾਲ ਸੁੰਦਰ ਬਣਾ ਕੇ ਦਿੰਦੇ ਹੈ। ਬਸਤਰਾਂ ਦਾ ਵੀ ਦਾਨ, ਅੰਨ ਦਾ ਦਾਨ ਵੀ ਕਰਦੇ ਹਨ।
ਸ੍ਰੀ ਅਰਜਨ ਕੋ ਬੰਧਨ ਠਾਨੀ। ਇਹਨਾਂ ਸਿੱਖਾਂ ਨੇ ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਸ੍ਰੀ ਅੰਮ੍ਰਿਤਸਰ ਸਾਹਿਬ ਆ ਕੇ ਹਜ਼ੂਰ ਨੂੰ ਨਮਸਕਾਰ ਕੀਤੀ ਹੈ। ਹੱਥ ਜੋੜ ਅਰਦਾਸ ਬਖਾਨੀ, ਹੱਥ ਜੋੜ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਇਹਨਾਂ ਨੇ ਬੇਨਤੀ ਕੀਤੀ ਹੈ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ। ਭੋਜਨ ਇਹਾ ਦੇਤ ਘਰ ਮਾਹੀ। ਮਹਾਰਾਜ ਇੱਥੇ ਘਰ ਵਿੱਚ ਅਸੀਂ ਜਦੋਂ ਪਿਤਰ ਪਕਸ਼ ਆਉਂਦਾ ਹੈ 15 ਦਿਨ ਦਾ ਅੱਸੂ ਦੇ ਵਿੱਚ ਜਿਹਨੂੰ ਸ਼ਰਾਧ ਕਹੇ ਜਾਂਦੇ ਹਨ, ਉਦੋਂ ਲੋਕ ਪਿਤਰਾਂ ਦੇ ਨਿਮਿੱਤ ਸ਼ਰਾਧਾਂ ਵਿੱਚ ਬ੍ਰਾਹਮਣਾਂ ਨੂੰ ਘਰ ਵਿੱਚ ਬੁਲਾ ਬੁਲਾ ਕੇ ਭੋਜਨ ਛਕਾਉਂਦੇ ਹੈ ਕਿ ਅਸੀਂ ਆਪਣੇ ਬਜ਼ੁਰਗਾਂ ਦੀ ਕਲਿਆਣ ਨਿਮਿੱਤ ਇਹ ਸੇਵਾ ਕਰਦੇ ਹਾਂ। ਇਸ ਕਰਕੇ ਮਹਾਰਾਜ ਸਾਡੇ ਮਨ ਵਿੱਚ ਇਹ ਸ਼ੰਕਾ ਆਈ ਹੈ, ਜਿਹੜੇ ਲੋਕ ਸ਼ਰਾਧ ਦੇ ਪੱਖ ਵਿੱਚ ਸ਼ਰਾਧਾਂ ਵਿੱਚ ਪਿਤਰਾਂ ਦੇ ਬਜ਼ੁਰਗਾਂ ਦੇ ਜਿਹੜੇ ਪ੍ਰਾਣੀ ਚਲੇ ਗਏ ਪਰਿਵਾਰ ਵਿੱਚੋਂ ਮਾਤ ਲੋਕ ਤੋਂ ਪਰਲੋਕ ਨੂੰ, ਉਹਨਾਂ ਦੇ ਨਿਮਿੱਤ ਜਿਹੜਾ ਲੋਕ ਭੋਜਨ ਦਿੰਦੇ ਆ ਅੰਨ ਛਕਾਉਂਦੇ ਆ, ਪਿਤਰਨ ਕੋ ਪਹੁੰਚਤ ਕੈ ਨਾਹੀ, ਉਹਦਾ ਫਲ ਉਹ ਭੋਜਨ ਦਿੱਤਾ ਹੋਇਆ ਪਿਤਰਾਂ ਦੇ ਪਾਸ ਅੱਪੜਦਾ ਹੈ ਜਾਂ ਨਹੀਂ ਪਹੁੰਚਦਾ ਹੈ, ਸੱਚੇ ਪਾਤਸ਼ਾਹ ਇਹ ਕਿਰਪਾ ਕਰਕੇ ਦੱਸਣਾ ਕਰੋ। ਸ੍ਰੀ ਮੁਖ ਤੇ ਤਿੰਨ ਸਾਥ ਬਖਾਨਾ, ਸੁਭਾਈਮਾਨ ਮੁਖ ਤੋਂ ਸਤਿਗੁਰੂ ਜੀ ਨੇ ਉਹਨਾਂ ਦੇ ਪਰਥਾਏ ਬਚਨ ਕੀਤੇ ਉਹਨਾਂ ਦੀ ਸ਼ੰਕਾ ਦੂਰ ਕਰਨ ਵਾਸਤੇ। ਪਹੁੰਚਤ ਪਿਤਰ ਨਹਿਤ ਜੋ ਦਾਨਾ, ਮਹਾਰਾਜ ਕਹਿੰਦੇ ਜੋ ਵੀ ਦਾਨ ਦਿੱਤਾ ਹੋਇਆ ਪਿਤਰਾਂ ਦੇ ਨਿਮਿੱਤ ਦਿੱਤਾ ਜਾਂਦਾ ਹੈ ਇਸ ਲੋਕ ਵਿੱਚ, ਜੋ ਪਰਲੋਕ ਦੇ ਵਿੱਚ ਪਿਤਰ ਲੋਕ ਵਿੱਚ ਪਹੁੰਚਣ ਬਾਬਤ ਵਿਚਾਰ ਹੈ। ਸ੍ਰੀ ਨਾਨਕ ਕੋ ਕਹਿਓ ਪ੍ਰਮਾਨ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਸ ਉੱਤੇ ਗੁਰਬਾਣੀ ਵਿੱਚ ਬੜਾ ਸੁੰਦਰ ਪ੍ਰਮਾਣ ਦਿੱਤਾ ਹੈ। ਸੋ ਸ਼ਲੋਕ ਸਮਝੋ ਤਿਮ ਜਾਨ, ਉਹ ਸ਼ਲੋਕ ਹੈ ਜੇ ਮੁਹਾਕਾ ਕਰਮ ਹੈ ਕਰਮ ਹੈ ਪਿਤਰੀ ਦੇ, ਅੱਗੇ ਵਸਤ ਸਿਆਣੀ ਹੈ ਪਿਤਰੀ ਚੋਰ ਕਰੇ, ਵੱਡੀਆਂ ਹੱਥ ਦਲਾਲ ਕੇ ਮੁਸਫੀ ਇਹ ਕਰੇ। ਇਹ ਸ਼ਲੋਕ ਧੰਨ ਗੁਰੂ ਨਾਨਕ ਦੇਵ ਜੀ ਨੇ ਇਸੇ ਪ੍ਰਥਾਏ ਉਚਾਰਨ ਕੀਤਾ ਹੈ, ਉਸ ਦੇ ਭਾਵ ਨੂੰ ਉਸ ਦੀ ਵਿਚਾਰ ਨੂੰ ਸਮਝਣਾ ਕਰੋ। ਸ਼੍ਰੀ ਮੁਖ ਵਾਕ ਨਾਨਕ ਅੱਗੇ ਸੋ ਮਿਲੈ, ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਅਗਲੇ ਲੋਕ ਵਿੱਚ ਉਹਨਾਂ ਨੂੰ ਦਿੱਤਾ ਹੋਇਆ ਦਾਨ ਕੀਤਾ ਹੋਇਆ ਭਜਨ ਕੀਤੀ ਹੋਈ ਸੇਵਾ ਤਾਂ ਹੀ ਮਿਲਦਾ ਉਸ ਦਾ ਫਲ। ਜੇ ਖੱਟੇ ਘਾਲੇ ਦੇ, ਇਹਨਾਂ ਨੇ ਖੱਟ ਕੇ ਮਿਹਨਤ ਦਸਾਂ ਨਾ ਹੁੰਦੀ ਕਰਕੇ ਅੱਗੇ ਸੇਵਾ ਕੀਤੀ ਹੈ, ਭਾਵ ਜੇ ਕੋਈ ਆਪਣੀ ਦਸਾਂ ਨਾ ਹੁੰਦੀ ਕਿਰਤ ਵਿੱਚੋਂ ਦਸਵੰਧ ਦੰਦਾ ਗੁਰੂ ਘਰ ਦੇ ਨਿਮਿੱਤ ਮਾਇਆ ਦੰਦਾ, ਗਰੀਬਾਂ ਲੋੜਵੰਦਾਂ ਨੂੰ ਭੋਜਨ ਛਕਾਉਂਦਾ ਵਸਤਰ ਦੰਦਾ, ਜੋ ਵੀ ਸੇਵਾ ਕਰਦਾ ਭਾਵਨਾ ਦੇ ਨਾਲ, ਮਹਾਰਾਜ ਕਹਿੰਦੇ ਇਹ ਨਹੀਂ ਕਿ ਪਿੱਤਰਾਂ ਦੇ ਪੱਖ ਵਿੱਚ ਸ਼ਰਾਧਾਂ ਵਿੱਚ ਹੀ ਉਸ ਦਾ ਕੀਤਾ ਫਲ ਮਿਲਦਾ, ਬਲਕਿ ਜੋ ਵੀ ਥੋੜੇ ਤੋਂ ਥੋੜੀ ਕੋਈ ਸੇਵਾ ਕਰਦਾ ਪਰਮੇਸ਼ਰ ਦਾ ਨਾਮ ਜਪਦਾ, ਜਾਂ ਇਉਂ ਕਹਿ ਲਓ ਘਾਲਣਾ ਦਸਾਂ ਨਾ ਹੁੰਦੀ ਕਿਰਤ ਕਰਕੇ ਦਾਨ ਦੇਣਾ, ਔਰ ਖੱਟਣਾ ਕੀ ਹੈ ਨਾਮ ਦੀ ਕਮਾਈ ਕਰਨੀ, ਬਾਣੀ ਪੜ੍ਹਨੀ, ਸਿਮਰਨ ਕਰਨਾ, ਸਤਸੰਗਤ ਕਰਨੀ, ਜਿਨ੍ਹਾਂ ਨੇ ਜੀਵਨ ਵਿੱਚ ਨਾਮ ਦੀ ਖੱਟੀ ਖੱਟੀ ਹੈ, ਸੰਗਤ ਵਿੱਚ ਆ ਕੇ ਗੁਰੂ ਕਾ ਜਸ ਸੁਣ ਕੇ ਇਸ ਖੱਟੀ ਨੂੰ ਖੱਟਿਆ ਹੈ,
ਸਿਮਰਨ ਕੀਤਾ ਹੈ ਵਾਹਿਗੁਰੂ ਦੇ ਨਾਮ ਦਾ ਜਾਂ ਸੇਵਾ ਕੀਤੀ ਹੈ, ਜੋ ਵੀ ਭਾਈ ਕਰਦਾ ਉਹਦਾ ਫਲ ਵਾਹਿਗੁਰੂ ਪਰਮੇਸ਼ਰ ਉਹਨਾਂ ਨੂੰ ਦਰਗਾਹ ਵਿੱਚ ਸੱਚਖੰਡ ਵਿੱਚ ਜ਼ਰੂਰ ਦਿੰਦਾ ਹੈ, ਜ਼ਰੂਰ ਬਖਸ਼ਿਸ਼ ਕਰਦਾ ਹੈ। ਘਾਲਣਾ ਕੀਤੀ ਹੋਈ ਵਿਅਰਥ ਨਹੀਂ ਕਦੇ ਜਾਂਦੀ। ਇਸ ਪੰਕਤੀ ਦਾ ਭਾਵ ਇਹ ਹੈ ਕਿ ਹਮੇਸ਼ਾ ਹੀ, ਇਹ ਨਹੀਂ ਕਿ ਉਦੋਂ ਹੀ ਪਹੁੰਚਦਾ, ਨਹੀਂ, ਜਦੋਂ ਵੀ ਕੋਈ ਸੇਵਾ ਕਰਦਾ ਨਾਮ ਜਪਦਾ ਉਹਦੀ ਕੀਤੀ ਘਾਲਣਾ ਵਾਹਿਗੁਰੂ ਦੇ ਦਰ ਤੇ ਹਮੇਸ਼ਾ ਪਹੁੰਚਦੀ ਹੈ, ਪ੍ਰਵਾਨ ਹੁੰਦੀ ਹੈ। ਚੌਪਈ ਸੁਣ ਸਿੱਖਨ ਪੁੰਨ ਕੀਨ ਸੰਦੇਹ। ਸਿੱਖਾਂ ਨੇ ਸੁਣ ਕੇ ਫਿਰ ਸਵਾਲ ਕੀਤਾ ਸਤਿਗੁਰਾਂ ਦੇ ਚਰਨਾਂ ਵਿੱਚ। ਪ੍ਰਾਨੀ ਇਹਾ ਆਹਾਰ ਸੋ ਦੇਹ। ਲੋਕ ਤਾਂ ਪਿਤਰਾਂ ਦੇ ਨਿਮਿੱਤ ਭੋਜਨ ਛਕਾਉਂਦੇ ਆ ਸ਼ਰਾਧਾਂ ਵਿੱਚ। ਪਿਛਲੇ ਸਮੇਂ 'ਚ ਲੋਕ ਬ੍ਰਾਹਮਣਾਂ ਨੂੰ ਸੱਦ ਕੇ ਛਕਾਉਂਦੇ ਸਨ, ਹੁਣ ਭਾਈ ਕੋਈ ਨਾ ਕਿਸੇ ਨੂੰ ਸੱਦ ਕੇ ਜ਼ਰੂਰ ਇਸ ਤਰ੍ਹਾਂ ਜਿਹੜਾ ਭੋਜਨ ਛਕਾਉਂਦੇ ਆ ਨਾ ਪਿਤਰਾਂ ਦੇ ਨਿਮਿੱਤ ਸੱਚੇ ਪਾਤਸ਼ਾਹ। ਪਿਤਰ ਸੁਰਗ ਕਹਿ ਨਰਕ ਮਝਾਰੀ। ਪਰ ਮਹਾਰਾਜ, ਬੰਦੇ ਨੂੰ ਕੀ ਪਤਾ ਵੀ ਪਿੱਤਰ ਜਿਹੜੇ ਆ ਮਰ ਚੁੱਕੇ ਬਜ਼ੁਰਗ ਹੈ ਸਾਡੇ, ਉਹ ਸਵਰਗ ਵਿੱਚ ਗਏ ਆ ਜਾਂ ਨਰਕਾਂ ਵਿੱਚ ਗਏ ਆ, ਇਸ ਦੀ ਖਬਰ ਤਾਂ ਕਿਸੇ ਨੂੰ ਵੀ ਨਹੀਂ ਹੁੰਦੀ। ਕਿਦੋਂ ਜੂਨ ਕੈਸੇ ਕੋ ਧਾਰੀ। ਇਹੋ ਜੀ ਉਹਨਾਂ ਨੇ ਕੋਈ ਜੂਨ ਧਾਰਨ ਕੀਤੀ ਹੋਈ ਆ ਆਪਣੀ, ਕਿਹੜੀ ਜੂਨ ਵਿੱਚ ਉਹਨਾਂ ਨੂੰ ਵਾਸਾ ਮਿਲਿਆ, ਇਸ ਗੱਲ ਦਾ ਵੀ ਕਿਸੇ ਨੂੰ ਕੋਈ ਇਲਮ ਨਹੀਂ, ਗਿਆਨ ਨਹੀਂ ਹੁੰਦਾ। ਤਹਿ ਪਹੁੰਚਾ ਕਿਮ ਸੰਸਾ। ਇਹੀ ਸੰਸਾ ਹੈ ਕਿ ਉੱਥੇ ਕਿਵੇਂ ਪਹੁੰਚਦਾ, ਜੇ ਹੁਣ ਪਿੱਤਰ ਸਵਰਗ 'ਚ ਹੈ ਉਹਦੇ ਕੋਲੇ ਭੋਜਨ ਕੀਤਾ ਕਿੱਥੋਂ ਪਹੁੰਚ ਗਿਆ, ਨਰਕਾਂ ਵਿੱਚ ਕਿਵੇਂ ਅੱਪੜ ਗਿਆ, ਜਾਂ ਜਿਹੜਾ ਜੀਵ ਨਰਕਾਂ ਤੋਂ ਇਲਾਵਾ ਜੂਨਾਂ ਵਿੱਚ ਜਾ ਕੇ ਪੈ ਗਿਆ ਉਹਨਾਂ ਕੋਲੇ ਕਿਵੇਂ ਪੁੱਜਿਆ। ਇਹੀ ਸੰਸਾ ਬਾਰ ਬਾਰ ਮਨ ਵਿੱਚ ਆਉਂਦਾ ਹੈ ਸਾਡੇ, ਕਿਰਪਾ ਕਰਕੇ ਸਾਡਾ ਇਹ ਸੰਸਾ ਨਿਵਿਰਤ ਕਰੋ ਸੱਚੇ ਪਾਤਸ਼ਾਹ। ਹੁਣ ਸਤਿਗੁਰ ਉੱਤਰ ਦੀਏ ਸਹੀ। ਸਹੀ ਉੱਤਰ ਜੋ ਸਤਿਗੁਰੂ ਜੀ ਨੇ ਉਸ ਵਕਤ ਵਿਚਾਰ ਕਰਕੇ ਸਿੱਖਾਂ ਨੂੰ ਦੇਣਾ ਕੀਤਾ ਇਹਨਾਂ ਦੀ ਸ਼ੰਕਾ ਦੀ ਨਿਵਿਰਤੀ ਵਾਸਤੇ। ਜਬ ਪਿਤਰਨ ਕੋ ਦਿਨ ਚੱਲ ਆਵੇ। ਮਹਾਰਾਜ ਕਹਿੰਦੇ ਜਦੋਂ ਪਿਤਰਾਂ ਦੇ ਦਿਨ ਸ਼ਰਾਧ ਪੱਖ ਆਉਂਦਾ ਅੱਸੂ ਦੇ ਦਿਨਾਂ ਵਿੱਚ, ਤਿੰਨ ਹਿੱਤ ਕਰ ਭੋਜਨ ਜੋ ਖਵਾਵੇ। ਜਿਹੜਾ ਉਹਨਾਂ ਦੇ ਹਿੱਤ ਭਾਵ ਉਹਨਾਂ ਦੇ ਨਿਮਿੱਤ ਬਹੁਤਾ ਹਿੱਤ ਕਰਕੇ ਪ੍ਰੇਮ ਕਰਕੇ ਕਿਸੇ ਨੂੰ ਭੋਜਨ ਪ੍ਰਸ਼ਾਦਾ ਛਕਾਉਂਦਾ ਦਾਨ ਪੁੰਨ ਕਰਦਾ ਹੈ, ਆਪਣੇ ਪਿਤਰਾਂ ਦੇ ਨਿਮਿੱਤ ਦਾਨ ਕਰਦਾ ਹੈ ਉਹਨਾਂ ਦੀ ਯਾਦ ਵਿੱਚ। ਪਿਤਰ ਵਰਨ ਚਾਰਨ ਸਮੁਦਾਇ। ਚਾਰੇ ਜਿੰਨੇ ਵੀ ਵਰਨ ਹੈ ਨਾ, ਖੱਤਰੀ ਬ੍ਰਾਹਮਣ ਸੂਦ ਵੈਸ, ਇਹ ਜਿੰਨੇ ਵੀ ਵਰਨ ਹੈ ਇਹਨਾਂ ਵਰਨਾਂ ਦੇ ਜਿੰਨੇ ਵੀ ਪਿੱਤਰ ਹਨ, ਜਿੰਨੀਆਂ ਵੀ ਉਹਨਾਂ ਦੀਆਂ ਰੂਹਾਂ ਹੁੰਦੀਆਂ ਹਨ। ਵਿਪਰਨ ਵਿਖੇ ਪਰਵੇਸ਼ ਹੈ ਆਏ। ਕਹਿੰਦੇ ਪੁਰਾਣਾਂ ਵਿੱਚ ਇਹ ਗੱਲ ਲਿਖੀ ਹੋਈ ਹੈ ਪ੍ਰਾਚੀਨ ਗ੍ਰੰਥਾਂ ਦੇ ਵਿੱਚ ਕਿ ਜਿਹੜੇ ਪਿੱਤਰ ਹੈ ਨਾ ਉਹ ਬ੍ਰਾਹਮਣਾਂ ਵਿੱਚ ਆ ਕੇ ਪ੍ਰਵੇਸ਼ ਕਰ ਜਾਂਦੇ ਹੈ, ਭਾਵ ਉਹਨਾਂ ਦੇ ਵਿੱਚ ਉਹਨਾਂ ਦੀਆਂ ਰੂਹਾਂ ਨੂੰ ਥਾਂ ਪ੍ਰਾਪਤ ਹੁੰਦਾ ਹੈ। ਸਿੱਖਨ ਕਹਿ ਗਨ ਪਿੱਤਰ ਜੋ ਹੈ। ਪਰ ਕਹਿੰਦੇ ਤਾਂ ਚਾਰੇ ਵਰਨਾਂ ਦੇ ਪਿੱਤਰਾਂ ਦੀ ਗੱਲ ਹੈ ਵੀ ਚਾਰੇ ਵਰਨ ਜਿਹੜੇ ਹੈ ਉਹਨਾਂ ਦੇ ਪਿੱਤਰ ਬ੍ਰਾਹਮਣਾਂ ਵਿੱਚ ਪ੍ਰਵੇਸ਼ ਕਰਦੇ ਹੈ, ਪਰ ਇੱਧਰ ਜਿਹੜੇ ਸਿੱਖਾਂ ਦੇ ਪਿੱਤਰ ਹੈ, ਸਿੱਖਾਂ ਦੇ ਬਜ਼ੁਰਗ ਹੈ ਜਿਹੜੇ ਪ੍ਰਲੋਕ ਨੂੰ ਚਲੇ ਗਏ ਹਨ। ਸੋ ਸਿੱਖਨ ਮਹਿ ਬਾਸੋ ਲਹਿ। ਉਹਨਾਂ ਦਾ ਸਿੱਖਾਂ ਵਿੱਚ ਨਿਵਾਸ ਹੁੰਦਾ ਹੈ, ਉਹਨਾਂ ਨੂੰ ਬ੍ਰਾਹਮਣਾਂ ਦੇ ਮਗਰ ਜਾਣ ਦੀ ਲੋੜ ਨਹੀਂ।
ਸਾਧ ਸੰਗਤ ਜੀ ਵੇਖੋ, ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਭਾਵ ਕਿੱਡਾ ਮਹਾਨ ਇੱਥੇ ਦ੍ਰਿੜ ਕਰਾਇਆ ਕਿ ਗੁਰਸਿੱਖਾਂ ਨੂੰ ਗੁਰੂ ਦਾ ਰੂਪ ਸਮਝ ਕੇ ਸੇਵਾ ਕਰਨੀ, ਸੰਗਤ ਦੀ ਗੁਰੂ ਦਾ ਰੂਪ ਸਮਝ ਕੇ ਸੇਵਾ ਕਰਨੀ। ਦਸਮ ਪਿਤਾ ਜੀ ਨੇ ਵੀ ਇਸੇ ਭਾਵ ਨੂੰ ਆਪਣੇ ਸ਼ਬਦਾਂ ਵਿੱਚ ਇਸ ਤਰ੍ਹਾਂ ਅਭਿਵਿਅਕਤ ਕੀਤਾ ਹੈ, ਸੇਵ ਕਰੀ ਇਨਹੀ ਕੀ ਭਾਵ ਤੌਰ ਕੀ ਸੇਵ ਸੁਹਾਤ ਨਾ ਜੀ ਕੋ, ਦਾਨ ਦਿਓ ਇਨਹੀ ਕੋ ਭਲੋ ਔਰ ਆਨ ਕੋ ਦਾਨ ਨਾ ਲਾਗਤ ਨੀਕੋ, ਆਗੈ ਫਲੈ ਇਨਹੀ ਕੋ ਦਿਓ, ਜਗ ਮੈਂ ਜਸ ਔਰ ਦਿਓ ਸਭ ਫੀਕੋ, ਮੋਹ ਗ੍ਰਹਿ ਤੇ ਮਨ ਤੇ ਤਨ ਤੇ ਧਨ ਲਓ ਸਿਰ ਸਭ ਹੀ ਇਨਹੀ ਕੋ। ਮਹਾਰਾਜ ਕਹਿੰਦੇ ਮੇਰਾ ਘਰ ਮੇਰਾ ਧਨ ਬਲਕਿ ਮੇਰਾ ਸਿਰ, ਇਹ ਸਾਰਾ ਗੁਰਸਿੱਖਾਂ ਦੀ ਭੇਟਾ ਹੈ। ਜਿਹੜਾ ਗੁਰਸਿੱਖਾਂ ਦੀ ਸੇਵਾ ਕਰੇਗਾ ਉਹ ਮੇਰੇ ਦਰ ਤੇ ਪ੍ਰਵਾਨ ਹੋਏਗੀ, ਉਸ ਨੂੰ ਮੇਰੀ ਸੇਵਾ ਕਰਨ ਦਾ ਫਲ ਮਿਲੇਗਾ। ਧੰਨ ਗੁਰੂ ਅਰਜਨ ਦੇਵ ਜੀ ਵੀ ਇਹੀ ਬਚਨ ਕਹਿ ਰਹੇ ਹੈ ਕਿ ਸਿੱਖਾਂ ਨੂੰ ਹੋਰ ਕਿਤੇ ਜਾਣ ਦੀ ਲੋੜ ਨਹੀਂ, ਭਟਕਣ ਦੀ ਲੋੜ ਨਹੀਂ, ਭਰਮ ਵਿੱਚ ਪੈਣ ਦੀ ਲੋੜ ਨਹੀਂ, ਭੁਲੇਖੇ ਵਿੱਚ ਆਉਣ ਦੀ ਲੋੜ ਨਹੀਂ। ਜੇ ਕਿਸੇ ਸਿੱਖ ਦੇ ਮਨ ਵਿੱਚ ਇਹੋ ਜਿਹਾ ਕੋਈ ਖਿਆਲ ਹੋਵੇ ਤਾਂ ਉਹ ਗੁਰਸਿੱਖਾਂ ਨੂੰ ਸੱਦ ਕੇ ਲੰਗਰ ਛਕਾ ਦੇਵੇ ਜਾਂ ਸੰਗਤ ਦੀ ਸੇਵਾ ਕਰ ਦੇਵੇ ਗੁਰੂ ਕਾ ਰੂਪ ਜਾਣ ਕੇ। ਸੋ ਸਿੱਖਾਂ ਦੀਆਂ ਰੂਹਾਂ ਗੁਰਸਿੱਖਾਂ ਵਿੱਚ ਸੰਗਤਾਂ ਵਿੱਚ ਹੀ ਆ ਕੇ ਮਿਲਦੀਆਂ ਹਨ। ਜਥਾ ਜੰਗ ਬੰਦੀ ਸੰਗ ਡੋਰ, ਮਹਾਰਾਜ ਅੱਗੇ ਹੋਰ ਬੜਾ ਸੋਹਣਾ ਪ੍ਰਮਾਣ ਦਿੰਦੇ ਆ ਕਿ ਮੋਹ ਦੀ ਡੋਰ ਕਿੰਨੀ ਪ੍ਰਬਲ ਹੈ। ਸਾਧ ਸੰਗਤ ਜੀ, ਮੋਹ ਛੁੱਟਿਆ ਵੀ ਨਹੀਂ ਛੁੱਟਦਾ। ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇਸ ਜਾਏ, ਜਿੰਨਾ ਚਿਰ ਬੰਦਾ ਮੋਹ ਵਿੱਚ ਮਸਤ ਹੈ ਉਨਾ ਚਿਰ ਇਹ ਚੱਕਰ ਸਾਰੇ ਪਿੱਤਰ ਲੋਕ ਸਵਰਗ ਲੋਕ ਨਰਕ ਲੋਕ ਦਾ ਬਣਿਆ ਹੀ ਰਹਿੰਦਾ ਜੀਵ ਦੇ ਉੱਤੇ ਬਾਰੋ ਬਾਰ ਬਾਰੋ ਬਾਰ। ਮੋਹ ਇੰਨਾ ਪ੍ਰਬਲ ਹੈ, ਕਹਿੰਦੇ ਮੋਹ ਇੱਥੋਂ ਤੱਕ ਸੰਬੰਧ ਰੱਖਦਾ ਜਿਵੇਂ ਚੰਗ ਨਾਮ ਗੁੱਡੀ ਦਾ ਹੁੰਦਾ, ਜਾਂ ਇਉਂ ਕਹਿ ਲਓ ਪਤੰਗ ਕਹਿ ਲਓ, ਜਿਵੇਂ ਪਤੰਗ ਦੇ ਨਾਲ ਡੋਰ ਬੰਨੀ ਹੋਈ ਹੁੰਦੀ ਹੈ ਧਾਗਾ। ਡੋਲਤ ਜੈ ਕਹਿ ਨਭ ਕੀ ਓਰ, ਔਰ ਉਹ ਡੋਰ ਕਰਕੇ ਜਿਹੜੀ ਪਤੰਗ ਹੈ ਨਾ, ਜਿੰਨੀ ਜਿੰਨੀ ਉਹ ਛੱਡੀ ਜਾਂਦਾ ਥੱਲੇ ਪਤੰਗ ਨੂੰ ਉਡਾਉਣ ਵਾਲਾ, ਉਨੀ ਉਨੀ ਉਹ ਪਤੰਗ ਉੱਚੀ ਡਾਈ ਜਾਂਦੀ ਹੈ ਤੇ ਆਕਾਸ਼ ਵਿੱਚ ਉੱਡਦੀ ਹੈ ਇੱਧਰ ਉੱਧਰ। ਡੋਰ ਬੰਦ ਦੀਪਕ ਪਹੁੰਚਾਵੇ, ਜਿਹੜੀ ਡੋਰ ਦੀਪਕ ਨਾਮ ਇੱਥੇ ਪਤੰਗ ਦਾ। ਸਾਧ ਸੰਗਤ ਜੀ ਦੇਖੋ, ਭਾਈ ਸਾਹਿਬ ਨੇ ਬਹੁਤ ਬਾ ਕਮਾਲ ਇਹ ਗੁਰ ਇਤਿਹਾਸ ਵਿੱਚ ਅਰਥਾਂ ਨੂੰ ਬੜੀ ਗੰਭੀਰਤਾ ਦੇ ਨਾਲ, ਵੈਸੇ ਦੀਪਕ ਦਾ ਅਰਥ ਹੁੰਦਾ ਦੀਵਾ, ਦੀਵੇ ਦੇ ਉੱਤੇ ਕੌਣ ਆਉਂਦਾ, ਪਤੰਗਾ, ਪਤੰਗੇ ਤੋਂ ਭਾਵ ਭਾਈ ਜੀ ਨੇ ਲਿਆ ਕਿ ਜਿਵੇਂ ਦੀਪਕ ਨਾਮ ਪਤੰਗ ਦੇ ਨਾਲ ਜਿਹੜੀ ਡੋਰ ਬੰਨੀ ਹੋਈ ਹੈ ਨਾ, ਉਹ ਜਿੱਥੇ ਜਿੱਥੇ ਤੱਕ ਪਤੰਗ ਗੁੱਡੀ ਜਾਣਾ ਚਾਹੁੰਦੀ ਹੈ ਡੋਰ ਉਸ ਨੂੰ ਉੱਥੇ ਉੱਥੇ ਤੱਕ ਛੱਡ ਦਿੰਦੀ ਹੈ, ਭਾਵ ਭੇਜ ਦਿੰਦੀ ਹੈ। ਇਸ ਕਰਕੇ ਡੋਰ ਦਾ ਸੰਬੰਧ ਹੀ ਜਿਹੜਾ ਉਸ ਨੂੰ ਇੰਨੀ ਉੱਚੀ ਉਡਾਰੀ ਲਾਉਣ ਵਿੱਚ ਉਸ ਦੀ ਮਦਦ ਕਰਦਾ ਹੈ। ਤਿਮ ਪਿਤਰਨ ਕੀ ਵਿਧ ਬਣਿਆਵੇ, ਇਵੇਂ ਪਿਤਰਾਂ ਦੀ ਵਿਧੀ ਵੀ ਬਣੀ ਹੋਈ ਹੈ। ਕਹਿੰਦੇ ਜਿਹੜੇ ਬਜ਼ੁਰਗ ਚਲੇ ਗਏ ਮਾਤ ਲੋਕ ਤੋਂ ਸਾਡੇ ਵੱਡੇ, ਉਹ ਡੋਰ ਨਿਜ ਸੰਤਤ ਸੰਗ, ਉਹਨਾਂ ਦੀ ਮੋਹ ਦੀ ਡੋਰ ਆਪਣੀ ਸੰਤਾਨ ਨਾਲ ਬੰਨੀ ਹੁੰਦੀ, ਆਪਣੇ ਪਰਿਵਾਰਾਂ ਨਾਲ ਮੋਹ ਨਹੀਂ ਛੁੱਟਦਾ, ਮੋਹ ਬੜਾ ਪ੍ਰਬਲ ਹੈ। ਸਾਧ ਸੰਗਤ ਜੀ,
ਉਹ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਸਾਖੀ ਆਉਂਦੀ ਹੈ। ਪਿੰਡ ਵਿੱਚ ਗਏ, ਬਜ਼ੁਰਗ ਬੈਠਾ ਵਿਹਲਾ ਹੋ ਚੁੱਕਾ, ਮਹਾਰਾਜ ਕਹਿੰਦੇ ਤੇਰੀ ਮੁਕਤੀ ਕਰ ਦੀਏ। ਕਹਿਣ ਲੱਗਾ ਨਹੀਂ ਮਹਾਰਾਜ, ਮੈਂ ਇਸ ਪਰਿਵਾਰ ਦਾ ਵੱਡਾ ਬਜ਼ੁਰਗ ਹੈ, ਜੇ ਮੈਂ ਨਾ ਇਸ ਘਰ ਵਿੱਚ ਹੋਵਾਂ, ਮੇਰੇ ਮੁੰਡੇ ਜਿਹੜੇ ਹੈ ਉਹ ਘਰ ਦਾ ਕੰਮ ਸਹੀ ਨਹੀਂ ਚਲਾ ਸਕਦੇ, ਸਹੀ ਵਕਤ ਤੇ ਸਹੀ ਰਾਏ ਦੰਨਾ ਔਰ ਹਰ ਗੱਲ ਦਾ ਖਿਆਲ ਰੱਖਦਾ, ਧਿਆਨ ਰੱਖਦਾ, ਇਸ ਕਰਕੇ ਮਹਾਰਾਜ ਮੈਨੂੰ ਅਜੇ ਮੁਕਤ ਨਾ ਕਰੋ, ਲੋੜ ਨਹੀਂ ਮੁਕਤੀ ਦੀ। ਮਹਾਰਾਜ ਕਹਿੰਦੇ ਚੰਗਾ ਭਾਈ, ਤੇਰੀ ਜਿਵੇਂ ਇੱਛਾ। ਸਾਧ ਸੰਗਤ ਜੀ, ਸਮਾਂ ਆਇਆ, ਬਜ਼ੁਰਗ ਚੜ੍ਹਾਈ ਕਰ ਗਿਆ, ਦੁਬਾਰਾ ਫਿਰ ਉਸੇ ਨਗਰ ਵਿੱਚ ਗਏ, ਮੋਹ ਦਾ ਮਾਰਿਆ ਬਜ਼ੁਰਗ, ਮੋਹ ਦੀ ਖਿੱਚ ਦਾ ਮਾਰਿਆ, ਉਸ ਘਰ ਵਿੱਚ ਕੁੱਤਾ ਬਣ ਕੇ ਪਹਿਰਾ ਦੇ ਰਿਹਾ ਸੀ, ਕੁੱਤਾ ਬਣ ਕੇ ਬਾਹਰ ਬੈਠਾ। ਉਹਦੀ ਆਤਮਾ ਨੂੰ ਸਤਿਗੁਰਾਂ ਨੇ ਜਗਾਇਆ, ਕਹਿਣ ਲੱਗੇ ਭਾਈ ਤੂੰ ਉਹੀ ਬਜ਼ੁਰਗ ਹੈ, ਦੱਸ ਤੇਰੀ ਮੁਕਤੀ ਕਰ ਦੀਏ। ਅੰਦਰੋਂ ਉਹਦੀ ਰੂਹ ਨੇ ਆਵਾਜ਼ ਦਿੱਤੀ, ਨਹੀਂ ਮਹਾਰਾਜ, ਮੇਰਾ ਪਰਿਵਾਰ ਕਈ ਵਾਰੀ ਘਰ ਨੂੰ ਖਾਲੀ ਛੱਡ ਕੇ ਬਾਹਰ ਖੇਤਾਂ ਵਿੱਚ ਕੰਮ ਕਰਨ ਚਲੇ ਜਾਂਦੇ ਸਾਰੇ ਜੀ, ਮਗਰ ਕੋਈ ਪਹਿਰਾ ਨਹੀਂ ਦੇਣ ਵਾਲਾ, ਇਸ ਕਰਕੇ ਮੈਂ ਅਜੇ ਮੁਕਤ ਨਹੀਂ ਹੋਣਾ। ਸਤਿਗੁਰੂ ਆਖਣ ਲੱਗੇ ਚੰਗਾ, ਤੇਰੀ ਇੱਛਾ, ਤੇਰੇ ਨਾਲ ਸਾਡਾ ਕੋਈ ਪੂਰਬਲਾ ਸੰਬੰਧ ਜ਼ਰੂਰ ਹੈ। ਉਹ ਕੁੱਤੇ ਤੋਂ ਬਣ ਕੇ, ਕੁੱਤਾ ਜਿਹੜਾ ਬਣਿਆ ਹੋਇਆ ਬਜ਼ੁਰਗ ਮਰ ਕੇ ਸੱਪ ਬਣ ਗਿਆ, ਸੱਪ ਬਣ ਕੇ ਘਰ ਵਿੱਚ ਹੀ ਰਹਿਣ ਲੱਗ ਪਿਆ। ਇੱਕ ਦਿਨ ਘਰ ਦੀਆਂ ਬੀਬੀਆਂ ਸਾਰੇ ਜੀ ਬਾਹਰ, ਸਾਧ ਸੰਗਤ ਜੀ ਨਰਮਾ ਕਪਾਹ ਚੁਗਣ ਗਏ ਹੋਏ ਸਨ। ਛੋਟਾ ਜਿਹਾ ਬਾਲ ਸੀ ਪਰਿਵਾਰ ਵਿੱਚ ਬਜ਼ੁਰਗ ਦਾ ਪੜੋਤਾ, ਉਸ ਨੂੰ ਪੰਘੂੜੇ ਵਿੱਚ ਪਾ ਕੇ ਚੰਗੀ ਤਰ੍ਹਾਂ ਰੱਸੇ ਨਾਲ ਉੱਤੇ ਛੱਤ ਨਾਲ ਲਮਕਾਇਆ ਹੋਇਆ ਸੀ ਤਾਂ ਕਿ ਉਹ ਸੁੱਤਾ ਰਹੇ ਆਰਾਮ ਨਾਲ ਸਾਡੇ ਆਉਣ ਤੱਕ। ਸਾਹਿਬ ਸਿੰਘ ਜੀ, ਸੱਪ ਨਿਕਲਿਆ ਘਰ ਵਿੱਚੋਂ, ਉਹ ਹੌਲੀ ਹੌਲੀ ਕਿਸੇ ਤਰ੍ਹਾਂ ਛੱਤ ਤੇ ਗਿਆ, ਛੱਤ ਤੋਂ ਹੌਲੀ ਹੌਲੀ ਰੱਸੇ ਨਾਲ ਲਮਕਦਾ ਲਮਕਦਾ ਪੰਘੂੜੇ ਵਿੱਚ ਆ ਗਿਆ। ਉਹ ਬੱਚੇ ਦਾ ਮੂੰਹ ਚੱਟਣ ਲੱਗ ਪਿਆ, ਆਪਣਾ ਪੜੋਤਾ ਵੇਖ ਕੇ ਮੋਹ ਜਾਗ ਪਿਆ। ਇੰਨੇ ਨੂੰ ਘਰ ਦੇ ਜੀ ਆਏ, ਉਹਨਾਂ ਨੇ ਵੇਖਿਆ ਸੱਪ ਹੈ, ਕਿਸੇ ਤਰ੍ਹਾਂ ਸੱਪ ਕੱਢਿਆ ਉੱਥੋਂ, ਉਹਨੂੰ ਕੁੱਟ ਕੁੱਟ ਕੇ ਸਿਰੀ ਫੇਂਹ ਕੇ ਮਾਰ ਦਿੱਤਾ। ਫਿਰ ਸਾਧ ਸੰਗਤ ਜੀ, ਉਹੀ ਜਿਹੜਾ ਬਜ਼ੁਰਗ ਹੈ ਮਰ ਕੇ ਘਰ ਵਿੱਚ ਬਲਦ ਬਣਿਆ, ਜਦੋਂ ਬਲਦ ਬਣਿਆ ਬਾਹਰ ਖੂਹ ਤੇ ਵਗਦਾ, ਗੁਰੂ ਸਾਹਿਬ ਗਏ ਜਾਣੀ ਜਾਣ, ਮਹਾਰਾਜ ਖੂਹ ਤੇ ਬਲਦ ਵਗਦੇ ਨੂੰ ਦੇਖ ਕੇ ਉਹਦੇ ਕੰਨ ਵਿੱਚ ਕਹਿੰਦੇ ਤੇਰਾ ਉਧਾਰ ਕਰ ਦੀਏ। ਕਹਿਣ ਲੱਗਾ ਨਹੀਂ ਮਹਾਰਾਜ, 500 ਰੁਪਏ ਦਾ ਘੱਟ ਤੋਂ ਘੱਟ ਮੈਂ, ਪਹਿਲਾਂ ਮੇਰੇ ਮਰਨ ਦਾ ਘਾਟਾ ਪਏਗਾ, 500 ਦਾ ਮੈਂ ਮਰਾਂਗਾ, 500 ਦਾ ਹੋਰ ਖਰੀਦਣਗੇ, ਮੈਂ ਅਜੇ ਮੁਕਤ ਨਹੀਂ ਹੋਣਾ। ਸੋ ਇਉਂ ਵੀ ਹੈ, ਬਲਦ ਬਣ ਕੇ ਕੁੱਤਾ ਬਣਿਆ, ਕੁੱਤਾ ਬਣ ਕੇ ਫਿਰ ਸੱਪ ਬਣਿਆ, ਸੱਪ ਬਣ ਕੇ ਫਿਰ ਸਾਧ ਸੰਗਤ ਜੀ, ਜਿਹੜੀ ਘਰ ਦੀ ਗੰਦਗੀ ਜਾਂਦੀ ਸੀ ਉਸ ਨਾਲੀ ਦੇ ਵਿੱਚ ਕੀੜਾ ਬਣ ਗਿਆ, ਸਾਰੀ ਗੰਦਗੀ ਮੂੰਹ ਕੋਲ ਦੀ ਜਾਂਦੀ ਹੈ। ਮਹਾਰਾਜ ਆਏ, ਭਾਈ ਬਾਲਾ ਮਰਦਾਨਾ ਜੀ ਨਾਲ ਹੈ, ਨਾਲੀ ਵੱਲ ਨਿਗਾਹ ਪਾਈ, ਭਾਈ ਬਾਲੇ ਮਰਦਾਨੇ ਨੂੰ ਮਹਾਰਾਜ ਕਹਿੰਦੇ ਆ ਕੀੜਾ ਚੁੱਕੋ, ਚੁੱਕਿਆ, ਕਹਿਣ ਲੱਗੇ ਇਹਨੂੰ ਧੋ, ਚੰਗੀ ਤਰ੍ਹਾਂ ਸਾਫ ਕਰੋ, ਸਾਫ ਕੀਤਾ, ਮਹਾਰਾਜ ਨੇ ਸੁਰਤ ਜਗਾਈ, ਕਹਿਣ ਲੱਗੇ ਹੁਣ ਦੱਸ
ਕਹਿੰਦਾ ਬੜਾ ਦੁਖੀ ਹੈ, ਸਾਰੀ ਗੰਦਗੀ ਮੂੰਹ ਦੇ ਅੱਗੋਂ ਦੀ ਲੰਘਦੀ ਹੈ, ਮਹਾਰਾਜ ਕਰ ਦਿਓ ਮੁਕਤੀ, ਮੇਰਾ ਪਾਰ ਉਤਾਰਾ ਨਹੀਂ ਹੋਣਾ ਆਪ ਜੀ ਦੀ ਕਿਰਪਾ ਤੋਂ ਬਿਨਾਂ। ਮਹਾਰਾਜ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਸਤਨਾਮ ਵਾਹਿਗੁਰੂ ਕਹਿ ਕੇ ਜਲ ਦਾ ਛੱਟਾ ਦੇ। ਜਲ ਦਾ ਛੱਟਾ ਦਿੱਤਾ, ਵਿੱਚੋਂ ਪ੍ਰਕਾਸ਼ ਵਾਲੀ ਰੂਹ ਨਿਕਲੀ। ਮਹਾਰਾਜ ਕਹਿਣ ਲੱਗੇ ਤੂੰ ਉਹੀ ਬਜ਼ੁਰਗ ਹੈ ਜਿਹਦਾ ਅੱਜ ਤੋਂ ਬਹੁਤ ਲੰਮਾ ਸਮਾਂ ਅਸੀਂ ਪਹਿਲਾਂ ਉਧਾਰ ਕਰਨਾ ਚਾਹੁੰਦੇ ਸੀ, ਪਰ ਮੋਹ ਦੀ ਡੋਰ ਨੇ ਤੈਨੂੰ ਇੱਥੋਂ ਜਾਣ ਨਹੀਂ ਦਿੱਤਾ। ਮੋਹ ਦੀ ਡੋਰ ਇੰਨੀ ਵੱਡੀ ਹੋਈ, ਪ੍ਰਬਲ ਸੀ ਕਿ ਤੂੰ ਬਾਰ ਬਾਰ ਇਸੇ ਘਰ ਵਿੱਚ ਮਰ ਮਰ ਕੇ ਜੰਮਦਾ ਰਹਿਆ, ਟੇਢੀਆਂ ਜੂਨਾਂ ਵਿੱਚ ਪੈਂਦਾ ਰਿਹਾ, ਪਰ ਅਸੀਂ ਤੇਰੀ ਕਲਿਆਣ ਕਰਨੀ ਸੀ। ਇਉਂ ਸਾਧ ਸਿੰਘ ਜੀ ਇਹ ਮੋਹ ਦੀ ਡੋਰ ਬੜੀ ਪ੍ਰਬਲ ਹੈ, ਇਉਂ ਸੰਤਾਨ ਨਾਲ ਵੀ ਵੱਡੀ ਰਹਿ ਜਾਂਦੀ ਹੈ। ਇਸ ਕਰਕੇ ਮੋਹ ਦੀ ਡੋਰ ਨਾਲ ਇਹ ਬੰਨੇ ਹੁੰਦੇ ਹਨ ਜਿੰਨੇ ਵੀ ਬੰਦੇ ਰਹਿਤ ਦੂਰ ਸਮ ਚੰਗ, ਭਾਵੇਂ ਉਹ ਚੰਗ ਪਤੰਗ ਗੁੱਡੀ ਦੂਰ ਹੁੰਦੀ ਹੈ, ਪਰ ਜਿਹਦੇ ਹੱਥ ਵਿੱਚ ਡੋਰ ਫੜੀ ਹੋਈ ਹੈ ਨਾ, ਉਹਦੇ ਨਾਲ ਉਹਦਾ ਸੰਬੰਧ ਜ਼ਰੂਰ ਜੁੜਿਆ ਹੋਇਆ। ਪਤੰਗ ਉਹਦੇ ਨਾਲ ਬੱਝਾ ਹੀ ਆ, ਉਸ ਤੋਂ ਬਿਨਾਂ ਨਹੀਂ ਉੱਡਦਾ। ਪਿਤਰ ਦੇਵਤਾ ਜੇ ਸਭ ਕੇਰੇ, ਕਹਿੰਦੇ ਜਿੰਨੇ ਪਿਤਰਾਂ ਦੇ ਦੇਵਤੇ ਹੈ ਜਾਂ ਪਿਤਰ ਵੀ ਹਨ ਜੋ ਵੀ ਹੈ ਸਾਰੇ ਲੈ ਲੈ ਸੋ ਆਹਾਰ ਸਵੇਰੇ, ਕਹਿੰਦੇ ਜਦੋਂ ਉਹਨਾਂ ਦੇ ਨਿਮਿੱਤ ਕੋਈ ਭੋਜਨ ਬਣਾ ਕੇ ਛਕਾਉਂਦਾ ਹੈ, ਦਾਨ ਦਿੰਦਾ ਹੈ, ਤਾਂ ਉਸ ਕੀਤੇ ਦਾ ਫਲ ਉਹ ਜ਼ਰੂਰ ਲੈਂਦੇ ਆ ਅਗਲੇ ਲੋਕ ਵਿੱਚ। ਸੁਰਗ ਕੇ ਨਰਕ ਜੂਨ ਕੇ ਮਾਹੀ, ਭਾਵੇਂ ਉਹ ਸਵਰਗਾਂ ਵਿੱਚ ਹੋਣ, ਨਰਕਾਂ ਵਿੱਚ ਹੋਣ, ਭਾਵੇਂ ਉਹ ਜੂਨਾਂ ਦੇ ਵਿੱਚ ਪਏ ਹੋਏ ਹੋਣ, ਜਿਹੜੇ ਐਸੇ ਲੋਕ ਸੁਰਜੇ ਪਿੱਤਰ ਪਹੁੰਚਾਵੇ ਤਾਹੀਂ, ਜਿਹੜੇ ਵੱਡੇ ਦੇਵਤੇ ਹੈ ਜਾਂ ਪਿੱਤਰ ਆ ਉਹਨਾਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਉੱਥੇ ਅੱਪੜਦਾ ਕਰ ਹੀ ਦਿੰਦੇ ਆ ਕਿਸੇ ਨਾ ਕਿਸੇ ਤਰ੍ਹਾਂ। ਸਤ ਸੰਗਤ ਜੀ, ਮਹਾਰਾਜ ਜੀ ਨੇ ਕਿਹਾ ਨਾ ਗੁਰਬਾਣੀ ਵਿੱਚ, ਜਿਸ ਸਿਮਰਤ ਸਭ ਕਿਲਬਖ ਨਾਸੈ, ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦ ਹੀ ਜਾਪੋ, ਡਾਕਾ ਅੰਤ ਨਾ ਪਾਰੋ। ਜਿਸ ਵਾਹਿਗੁਰੂ ਦੇ ਸਿਮਰਨ ਨਾਲ ਪਿਤਰਾਂ ਦਾ ਉਧਾਰ ਹੋਣਾ ਭਾਈ, ਉਹਦਾ ਸਿਮਰਨ ਕਰੋ, ਉਹਦਾ ਨਾਮ ਜਪੋ, ਫੋਗਟ ਕਰਮ ਕਾਂਡ ਤੋਂ ਬਚਣਾ। ਇੱਥੇ ਤਾਂ ਵਿਚਾਰ ਦੇ ਰਹੇ, ਆਇਆ ਗਿਆ ਮੋਇਆ ਨਾਓ, ਪਿੱਛੇ ਪੱਤਲ ਸੱਦਿਓ ਕਾਬ। ਸਾਧ ਸੰਗਤ ਜੀ ਆ ਗਏ, ਮਰ ਗਏ, ਮਗਰੋਂ ਪੱਤਲਾਂ ਦੇਣ ਲੱਗ ਪਏ, ਔਰ ਫਿਰ ਉਹ ਕਾਂ ਕੁੱਤੇ ਔਰ ਜਾਨਵਰ ਉਸ ਭੋਜਨ ਨੂੰ ਖਾ ਜਾਂਦੇ ਹੈ, ਔਰ ਲੋਕ ਕਹਿੰਦੇ ਆ ਵੀ ਇਹ ਪਿੱਤਰਾਂ ਨੂੰ ਪਹੁੰਚ ਗਿਆ। ਗੁਰੂ ਘਰ ਦੇ ਵਿੱਚ ਪਿੱਤਰ ਪੂਜਾ ਦਾ ਵਿਧੀ ਵਿਧਾਨ ਨਹੀਂ ਹੈ, ਗੁਰੂ ਕੀ ਸੰਗਤ ਦੀ ਸੇਵਾ ਦਾ ਵਿਧਾਨ, ਉਹ ਤੁਸੀਂ ਕਿਸੇ ਵਕਤ ਵੀ ਕਰ ਸਕਦੇ ਹੋ। ਇਸ ਕਰਕੇ ਭਾਈ ਮਹਾਰਾਜ ਕਹਿੰਦੇ ਜਿਹੜੇ ਆਮ ਦੁਨਿਆਵੀ ਲੋਕ ਹੈ ਉਹ ਮੋਹ ਦੇ ਵਿੱਚ ਇੰਨੇ ਫਸੇ ਹੋਏ ਹਨ। ਸੁਣ ਤੀਨੋ ਨਿਸ਼ਚੈ ਮਨ ਕੀਨਾ, ਇਹਨਾਂ ਨੇ ਮਨ ਵਿੱਚ ਨਿਸ਼ਚਾ ਭਰੋਸਾ ਕੀਤਾ ਸਤਿਗੁਰੂ ਜੀ ਦੇ ਬਚਨਾਂ ਉੱਤੇ। ਜਿਵੇਂ ਸ੍ਰੀ ਸਤਿਗੁਰ ਤੇ ਸੁਣ ਲੀਨਾ, ਜਿਵੇਂ ਸਤਿਗੁਰਾਂ ਨੇ ਬਚਨ ਕੀਤੇ ਉਵੇਂ ਸੁਣੇ। ਸਤਿਗੁਰਾਂ ਦਾ ਭਾਵ ਸੀ ਕਿ ਭਾਈ ਕਦੇ ਵੀ ਜੀਵਨ ਦੇ ਵਿੱਚ ਦੇਖ ਕੇ ਫੋਕਟ ਕਰਮ ਕਾਂਡਾਂ ਵਿੱਚ ਨਹੀਂ ਫਸਣਾ। ਸਤਿਗੁਰੂ ਜੀ ਨੇ ਬੜਾ ਸੁੰਦਰ ਨਿਰਣਾ ਕੀਤਾ ਗੁਰਬਾਣੀ ਵਿੱਚ ਕਿ ਭਾਈ ਬੰਦਾ ਮਰਿਆਂ ਤੇ ਸਰਾਧ ਕਰਦਾ, ਖੀਰਾਂ ਖਵਾਉਂਦਾ, ਕੜਾਹ ਖਵਾਉਂਦਾ, ਕੱਪੜੇ ਦਿੰਦਾ, ਦਾਨ ਕਰਦਾ,
ਤੇ ਜਿਉਂਦੇ ਪਿੱਤਰ ਘਰ ਵਿੱਚ ਬੈਠੇ ਉਹਨਾਂ ਨੂੰ ਪਾਣੀ ਦਾ ਘੁੱਟ ਵੀ ਨਹੀਂ ਦਿੰਦਾ। ਮਾਂ ਬਾਪ ਘਰ ਵਿੱਚ ਬੈਠੇ ਹੈ, ਬਜ਼ੁਰਗ ਬੈਠੇ ਹੈ, ਉਹਨਾਂ ਦੀ ਕੋਈ ਸੇਵਾ ਨਹੀਂ ਕਰਦਾ। ਮਰਿਆਂ ਦੀ ਬੜੀ ਸੇਵਾ ਕਰਦੇ ਮਰਨ ਤੋਂ ਬਾਅਦ। ਜੇ ਜਿਉਂਦੇ ਪਿੱਤਰਾਂ ਦੀ ਸੇਵਾ ਨਹੀਂ ਕਰਦੇ ਤਾਂ ਮਰੇ ਪਿੱਤਰ ਕਿੱਥੋਂ ਤੁਹਾਡੀ ਸੇਵਾ ਪ੍ਰਵਾਨ ਕਰਨਗੇ। ਇਸ ਕਰਕੇ ਤਾਂ ਹੀ ਮਹਾਰਾਜ ਜੀ ਨੇ ਕਿਹਾ, ਨਾਨਕ ਅੱਗੇ ਸੋ ਮਿਲੇ ਜੇ ਖੱਟੇ ਘਾਲੇ ਦੇ। ਅੱਗੇ ਤਾਂ ਮਿਲੂ ਜੇ ਇੱਥੇ ਰਹਿ ਕੇ ਘਾਲਣਾ ਘਾਲੀ ਮਾਂ ਬਾਪ ਦੀ ਸੇਵਾ ਕੀਤੀ ਹੈ, ਬਜ਼ੁਰਗਾਂ ਦੀ ਸੇਵਾ ਕੀਤੀ ਹੈ। ਜੀਵਨ ਦੇ ਵਿੱਚ ਜਿਹੜਾ ਵਿਅਕਤੀ ਸਾਧ ਸੰਗਤ ਦੀ ਮਾਂ ਬਾਪ ਦੀ ਸੇਵਾ ਨਹੀਂ ਕਰ ਪਾਉਂਦਾ, ਬਜ਼ੁਰਗਾਂ ਦੀ ਸੇਵਾ ਨਹੀਂ ਕਰ ਪਾਉਂਦਾ, ਉਹਦੇ ਪਿੱਤਰ ਉਹਤੇ ਕਿੱਥੋਂ ਪ੍ਰਸੰਨ ਹੋ ਜਾਣਗੇ। ਸਾਰੀ ਦੁਨੀਆਂ ਨੂੰ ਭਾਵੇਂ ਖੀਰ ਕੜਾਹ ਖਵਾ ਦੇਵੇ, ਭਾਵੇਂ ਲੱਖਾਂ ਬਾਹਮਣਾਂ ਨੂੰ ਖਵਾ ਦੇਵੇ, ਪਹਿਲਾਂ ਜਿਉਂਦੇ ਪਿੱਤਰਾਂ ਦੀ ਸੇਵਾ ਕਰਨ ਦਾ ਜੋ ਵਿਧੀ ਵਿਧਾਨ ਸਤਿਗੁਰੂ ਨੇ ਦੱਸਿਆ, ਮਾਤਾ ਪਿਤਾ ਦਾ ਸਤਿਕਾਰ, ਮਾਤਾ ਪਿਤਾ ਦੀ ਸੇਵਾ, ਜਿਹਨੇ ਜਿਉਂਦੇ ਦੀ ਕਰ ਲਈ ਨਾ, ਉਹਨੂੰ ਕਿਸੇ ਹੋਰ ਸੇਵਾ ਦਾਨ ਪੁੰਨ ਦੀ ਲੋੜ ਨਹੀਂ ਰਹਿੰਦੀ। ਐਡਾ ਵੱਡਾ ਫਲ ਹੈ ਮਾਂ ਬਾਪ ਦੀ ਸੇਵਾ ਦਾ। ਭਾਈ ਗੁਰਦਾਸ ਜੀ ਨੇ ਲਿਖਿਆ, ਹੋਵੇ ਸਰਵਣ ਵਿਰਲਾ ਕੋਈ। ਭਗਤ ਬੜੇ ਹੋਏ ਦੁਨੀਆਂ ਵਿੱਚ, ਪਰ ਸਰਵਣ ਵਰਗਾ ਕੋਈ ਵਿਰਲਾ ਹੋਏਗਾ ਜਿਹਨੇ ਮਾਂ ਬਾਪ ਅੰਨਿਆਂ ਨੂੰ ਬੈਂਗੀ ਵਿੱਚ ਬਿਠਾ ਕੇ ਸਾਰੇ ਤੀਰਥਾਂ ਦੀ ਯਾਤਰਾ ਕਰਾਈ। ਪਹਿਲਾਂ ਭੋਜਨ ਮੰਗ ਕੇ ਮਾਂ ਬਾਪ ਨੂੰ ਖਵਾਉਂਦਾ, ਫੇਰ ਛਕਦਾ ਸੀ, ਤਾਂ ਹੀ ਕਿਹਾ ਵੀ ਸਰਵਣ ਵਰਗਾ ਕੋਈ ਵਿਰਲਾ ਹੋਏਗਾ। ਇਸ ਕਰਕੇ ਮਰਿਆ ਹੋਇਆਂ ਦੇ ਜੀਵਿਤ ਪਿੱਤਰ ਨਾ ਮੰਨੇ ਕੋ ਮੂਹੇ ਸ਼ਰਾਧ ਕਰਾਹੀ। ਜਿਉਂਦੇ ਪਿੱਤਰਾਂ ਨੂੰ ਤਾਂ ਮੰਨਿਆ ਨਹੀਂ, ਮਹਾਰਾਜ ਕਹਿੰਦੇ ਉਹਨਾਂ ਦੀ ਸੇਵਾ ਨਹੀਂ ਕੀਤੀ, ਉਹਨਾਂ ਨੂੰ ਪਿਆਸਿਆਂ ਨੂੰ ਪਾਣੀ ਨਹੀਂ ਪਿਆਇਆ, ਵਿਚਾਰਿਆਂ ਨੂੰ ਰੋਟੀ ਨਹੀਂ ਖਵਾਈ, ਸਮੇਂ ਸਿਰ ਸੇਵਾ ਨਹੀਂ ਕੀਤੀ, ਮੂਹੇ ਸ਼ਰਾਧ ਕਰਾਈ, ਮਰਿਆਂ ਦੇ ਸ਼ਰਾਧ ਕਰਦਾ ਫਿਰਦਾ। ਕਹਿੰਦੇ ਪਹਿਲਾਂ ਜਿਉਂਦਿਆਂ ਦੀ ਕਰ ਲਓ ਸੇਵਾ। ਕਹਿੰਦੇ ਹਾਂ, ਨਿਸ਼ਕਾਮਤਾ ਦੇ ਨਾਲ, ਭਾਵਨਾ ਨਾਲ ਸਾਧ ਸੰਗਤ ਜੀ, ਆਪਾਂ ਕਿਸੇ ਵੀ ਗੁਰਮੁਖ ਦੀ ਯਾਦ ਵਿੱਚ ਸੇਵਾ ਕਰ ਸਕਦੇ ਹਾਂ, ਗੁਰਬਾਣੀ ਦਾ ਕਥਾ ਕੀਰਤਨ ਵੀ ਕਰਾ ਸਕਦੇ ਹਾਂ, ਸੰਗਤ ਨੂੰ ਲੰਗਰ ਵੀ ਛਕਾ ਸਕਦੇ ਹਾਂ, ਉਦਾਂ ਵੀ ਸੇਵਾ ਕਰ ਸਕਦੇ ਹਾਂ, ਉਸ ਦਾ ਫਲ ਹੀ ਫਲ ਹੈ। ਜੇ ਮਹਾਰਾਜ ਕਹਿੰਦੇ ਵੀ ਗੁਰਸਿੱਖੋ ਤੁਹਾਡੇ ਮਨ ਵਿੱਚ ਕੋਈ ਵਿਚਾਰ ਹੀ ਹੈ ਨਾ, ਫਿਰ ਤੁਸੀਂ ਸਿੱਖਾਂ ਦੀ ਸੇਵਾ ਕਰ ਲਓ, ਸਿੱਖਾਂ ਦੀ ਸੇਵਾ ਕਰੋ, ਤੁਹਾਡੀ ਆਪਣੇ ਆਪ ਹੀ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਹੋ ਜਾਏਗੀ। ਮਹਾਰਾਜ ਜੀ ਨੇ ਗੁਰਸਿੱਖਾਂ ਨੂੰ ਗੁਰੂ ਦਾ ਰੂਪ ਮੰਨਿਆ। ਦਸਮ ਪਿਤਾ ਜੀ ਨੇ ਕਿਹਾ, ਸਿੱਖ ਪੰਚਨ ਮੈਂ ਮੇਰੋ ਵਾਸਾ, ਪੂਰਨ ਕਰੋ ਧਰੇ ਜੇ ਆਸਾ। ਮੇਰਾ ਵਾਸਾ ਪੰਜਾਂ ਸਿੱਖਾਂ ਵਿੱਚ ਹੈ, ਤਿਆਰ ਬੁਰ ਤਿਆਰ ਗੁਰਸਿੱਖਾਂ ਵਿੱਚ ਹੈ, ਜੋ ਆਸਾ ਕਰੇਗਾ, ਇੱਛਾ ਕਰੇਗਾ, ਮੈਂ ਉਹਨਾਂ ਦੀ ਪੂਰਨ ਕਰਾਂਗਾ। ਇਸ ਕਰਕੇ ਸਤਿਗੁਰਾਂ ਨੇ ਸਾਨੂੰ ਸ਼ੁਭ ਸਿੱਖਿਆ ਜੋ ਦਿੱਤੀ ਹੈ ਕਿ ਭਾਈ ਹਮੇਸ਼ਾ ਹੀ ਫੋਕਟ ਦੇ ਕਰਮ ਕਾਂਡ ਦੇ ਵਿੱਚ ਨਹੀਂ ਫਸਣਾ। ਜਿਉਂਦੇ ਪਿੱਤਰ ਰੱਬ ਨੇ ਦਿੱਤੇ ਆ, ਕਰ ਲਓ ਜਿੰਨੀ ਸੇਵਾ ਕਰ ਸਕਦੇ ਹੋ, ਔਰ ਗੁਰਸਿੱਖਾਂ ਦੀ ਕਰੋ, ਸੰਗਤ ਦੀ ਕਰੋ, ਫਿਰ ਉਸ ਦਾ ਵੱਡੇ ਤੋਂ ਵੱਡਾ ਫਲ ਹੈ ਦੋਹਰਾ
ਪੈੜਾ ਜਾਤ ਚੰਡਾਲੀਆ। ਹੁਣ ਅਗਲਾ ਪ੍ਰਸੰਗ ਸ਼ੁਰੂ ਹੋਇਆ, ਭਾਈ ਪੈੜਾ ਚੰਡਾਲੀਆ ਜਾਤ ਦਾ ਹੈ। ਜੇਠਾ ਸੇਠੀ ਆਲ, ਸੇਠੀ ਕੁਲ ਵਿੱਚੋਂ ਭਾਈ ਜੇਠਾ ਜੀ ਸਤਿਗੁਰਾਂ ਦੇ ਚਰਨਾਂ ਵਿੱਚ ਆਏ ਆ। ਸ੍ਰੀ ਅਰਜਨ ਕੀ ਸ਼ਰਨ ਤੱਕ, ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦਾ ਓਟ ਆਸਰਾ ਤੱਕ ਕੇ ਅੰਮ੍ਰਿਤਸਰ ਸਾਹਿਬ ਪਹੁੰਚੇ ਹਨ। ਬੰਧਨ ਕੀ ਨਸ ਜਾਨ, ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਨਮਸਕਾਰ ਕੀਤੀ, ਸ਼ਰਧਾ ਭਾਵਨਾ ਨਾਲ ਮੱਥਾ ਟੇਕਿਆ ਹੈ। ਚੌਪਈ ਇਮ ਆਪਣੀ ਅਰਦਾਸ ਬਖਾਨੀ, ਇਹਨਾਂ ਸਿੱਖਾਂ ਨੇ ਵੀ ਇਸੇ ਤਰ੍ਹਾਂ ਆਪਣੀ ਤਰਫ ਤੋਂ ਅਰਦਾਸ ਕੀਤੀ, ਬੇਨਤੀ ਕੀਤੀ। ਇਹਨਾਂ ਦੇ ਮਨ ਵਿੱਚ ਵੀ ਸ਼ੰਕਾ ਸੀ, ਕੋਈ ਸਤਿਗੁਰੂ ਜੀ ਨੂੰ ਉਹ ਦੱਸੀ ਹੈ। ਰਾਵਰ ਕੀ ਬਾਨੀ ਹਮ ਮਾਨੀ, ਹੇ ਮਹਾਰਾਜ ਅਸੀਂ ਤਾਂ ਤੁਹਾਡੇ ਬਾਨੀ ਬਚਨ ਜੋ ਹੁਕਮ ਹੈ ਉਹਨਾਂ ਨੂੰ ਮੰਨਿਆ, ਤੁਹਾਡੀ ਬਾਣੀ ਨੂੰ ਅਸੀਂ ਮੰਨਿਆ ਹੈ। ਧਰਮ ਕਿਰਤ ਤੇ ਕਰ ਹੈ ਕਮਾਈ, ਅਸੀਂ ਧਰਮ ਦੀ ਕਿਰਤ ਕਰਦੇ ਹਾਂ ਤੇ ਕਮਾਈ ਕਰਦੇ ਹਾਂ ਦਸਾਂ ਨੌਹਾਂ ਦੀ। ਸਿੱਖਨ ਸਾਥ ਬਾਂਟ ਹਮ ਖਾਈ, ਗੁਰਸਿੱਖਾਂ ਨਾਲ ਵੰਡ ਕੇ ਅਸੀਂ ਫੇਰ ਖਾਂਦੇ ਹਾਂ। ਕਿਰਤ ਕਰਨੀ, ਨਾਮ ਜਪਣਾ, ਵੰਡ ਕੇ ਛਕਣਾ, ਇਹਨਾਂ ਨਿਯਮਾਂ ਨੂੰ ਅਸੀਂ ਧਾਰਨ ਕੀਤਾ ਹੋਇਆ ਹੈ। ਮਿਲ ਦਿਜ ਹਮ ਸੋ ਤਰਕ ਕਰਨ ਤੇ, ਬ੍ਰਾਹਮਣ ਸਾਡੇ ਤੇ ਤਰਕਾਂ ਕਰਦੇ ਆ, ਸਵਾਲ ਕਰਦੇ ਆ ਜਦੋਂ ਵੀ ਮਿਲਦੇ ਹਨ। ਕਹਿ ਹਿੰਸਾ ਨਿਤ ਪੰਚ ਕਰਨ ਤੇ, ਉਹ ਕਹਿੰਦੇ ਤੁਸੀਂ ਪੰਜ ਤਰ੍ਹਾਂ ਦੀ ਨਿਤ ਹਿੰਸਾ ਕਰਦੇ ਹੋ, ਪੰਜ ਤਰ੍ਹਾਂ ਦੇ ਜੀਵਾਂ ਨੂੰ ਮਾਰਨ ਦਾ ਪਾਪ। ਕਿਸੇ ਜੀਵ ਨੂੰ ਮਾਰਨਾ ਹਿੰਸਾ ਅਖਵਾਉਂਦੀ ਹੈ। ਪੰਜ ਤਰ੍ਹਾਂ ਦੇ ਜੀਵਾਂ ਨੂੰ ਰੋਜ਼ ਤੁਸੀਂ ਮਾਰਦੇ ਹੋ ਤੇ ਰੋਜ਼ ਪੰਜ ਤਰ੍ਹਾਂ ਦਾ ਪਾਪ ਕਰਦੇ ਹੋ, ਜਿੰਨੇ ਵੀ ਸਿੱਖ ਹੋ। ਉਖਲੀ ਕੂਟਤ ਪੀਸਣ ਚਾਕੀ, ਕਹਿੰਦੇ ਪੰਜ ਤਰ੍ਹਾਂ ਦੇ ਜੀਵ ਪੁਰਾਣੇ ਸਮੇਂ ਵਿੱਚ ਉਖਲੀ ਵਿੱਚ ਚਾਵਲ ਛੱਡਦੇ ਸਨ, ਸਾਧ ਸਿੰਘ ਜੀ ਕੁੱਟਦੇ ਸਨ। ਉਖਲੀ ਕੂਟਣ ਜਾਂ ਉਖਲੀਆਂ ਵਿੱਚ ਸਾਧ ਸਿੰਘ ਜੀ ਅਨਾਜ ਨੂੰ ਕੁੱਟਿਆ ਕਰਦੇ ਸਨ, ਦਾਲਾਂ ਆਦਿਕ ਵੀ, ਕਣਕ ਆਦਿਕ ਦਾ ਦਲੀਆ ਬਣਾਉਣਾ, ਇਸੇ ਤਰ੍ਹਾਂ ਫੱਕ ਵਿੱਚੋਂ ਚੌਲ ਕੱਢਣੇ, ਇਹਨੂੰ ਉਖਲੀ ਕੁੱਟਣ ਕਿਹਾ ਜਾਂਦਾ ਸੀ। ਦੂਜਾ ਚੱਕੀ ਨਾਲ ਦਾਣਾ ਪੀਸਣਾ, ਵੱਢਣੀ ਫੇਰਨ ਲੇਪਨ ਤਾਕੀ, ਔਰ ਇਸੇ ਤਰ੍ਹਾਂ ਤੀਜਾ ਝਾੜੂ ਫੇਰਨਾ, ਔਰ ਚੌਂਕੇ ਵਿੱਚ ਘਰ ਵਿੱਚ ਪੋਚਾ ਆਦਿਕ ਦੇਣਾ, ਪਰੋਲਾ ਫੇਰਨਾ। ਚੁੱਲ੍ਹੇ ਮੈਂ ਪਾਵਕ ਜੋ ਜਾਰਨ, ਚੌਥਾ ਚੁੱਲ੍ਹੇ ਵਿੱਚ ਜਦੋਂ ਅੱਗ ਜਾਲਦੇ ਹਾਂ, ਉਸ ਅੱਗ ਵਿੱਚ ਵੀ ਜੀਵ ਸੜਦੇ ਆ, ਜੀਵ ਮਰਦੇ ਹਨ। ਔਰ ਜਲ ਤੇ ਹੋਵੇ ਅੱਗ ਕਾਰਨ, ਔਰ ਜਲ ਪਾਣੀ ਵਿੱਚ ਵੀ ਜੀ ਹਨ, ਜਲ ਵਰਤਦੇ ਆ ਤਾਂ ਉਹਦੇ ਕਰਕੇ ਵੀ ਜੀਵ ਮਰਨ ਦਾ ਦੋਸ਼। ਇੱਕ ਤਾਂ ਉਖਲੀ ਕੁੱਟਣ ਵਿੱਚ ਜੀਵ ਮਰਦੇ ਆ, ਦੂਜਾ ਚੱਕੀ ਪੀਸਣ ਲੱਗਿਆ, ਤੀਜਾ ਝਾੜੂ ਫੇਰਨ ਲੱਗਿਆ, ਚੌਥਾ ਚੁੱਲ੍ਹੇ ਵਿੱਚ ਅੱਗ ਜਾਲਣ ਲੱਗਿਆ, ਪੰਜਵਾਂ ਪਾਣੀ ਦੀ ਵਰਤੋਂ ਕਰਨ ਲੱਗਿਆ। ਕਹਿੰਦੇ ਪੰਜ ਤਰ੍ਹਾਂ ਦੇ ਜੀਵ ਤੁਸੀਂ ਮਾਰਦੇ ਹੋ, ਇਹ ਪੰਜ ਤਰ੍ਹਾਂ ਦੀ ਹਿੰਸਾ ਕਰਦੇ ਹੋ। ਅਗਨ ਅਹੂਤ ਪੰਚ ਹਮ ਦੇਤ, ਅਸੀਂ ਤਾਂ ਇਹਨਾਂ ਪਾਪਾਂ ਦਾ ਪ੍ਰਾਸ਼ਚਿਤ ਇਸ ਤਰ੍ਹਾਂ ਕਰਦੇ ਹਾਂ ਜਿਹੜੇ ਅਸੀਂ ਬ੍ਰਾਹਮਣ ਹੈ, ਕਿ ਅਸੀਂ ਅੱਗ ਦੇ ਵਿੱਚ ਪੰਜ ਅਹੂਤੀਆਂ ਦੇ ਦਿੰਦੇ ਹਾਂ ਰੋਜ਼। ਅਹੂਤੀ ਕੀ ਹੋਣਾ, ਚਮਚਾ ਭਰ ਕੇ ਅੱਗ ਦੇ ਵਿੱਚ ਪਾ ਦੇਣਾ, ਹਵਨ ਕਰ ਦੇਣਾ, ਕਿ ਜਿਹੜੀ ਇਹ ਜੀਵ ਹੱਤਿਆ ਹੋਈ ਆ ਉਹਦਾ ਪਾਪ ਨਾ ਲੱਗੇ। ਅਸੀਂ ਤਾਂ ਉਸ ਪਾਪ ਨੂੰ ਨਿਵਰਤ ਕਰਨ ਵਾਸਤੇ ਪੰਜ ਅੱਗ ਦੇ ਵਿੱਚ ਹੁੱਤੀਆਂ ਪਾ ਦਿੰਦੇ ਹਾਂ ਇਸ ਦੇ ਨਿਮਿੱਤ।
ਦੋਸ਼ ਨਿਵਾਰਨ ਸੋ ਕਰ ਲੇ। ਜਿਹੜਾ ਗੁਨਾਹ ਹੋਇਆ ਹੁੰਦਾ ਉਸ ਨੂੰ ਦੂਰ ਕਰ ਲਈਦਾ, ਬਖਸ਼ਾ ਲਈਦਾ ਹੈ। ਇਸ ਜੁਗਤੀ ਨਾਲ ਸਾਡੇ ਧਾਰਮਿਕ ਗ੍ਰੰਥਾਂ ਵਿੱਚ ਸਾਡਾ ਸਾਰਾ ਨਿਰਣਾ ਕੀਤਾ ਹੋਇਆ ਹੈ, ਅਸੀਂ ਉਸੇ ਤਰ੍ਹਾਂ ਕਰਦੇ ਹਾਂ। ਪਿਛੇ ਪਾਵਨ ਭੋਜਨ ਕਰ, ਜਦੋਂ ਇਹ ਪਾਪ ਅਸੀਂ ਬਖਸ਼ਾ ਲੈਂਦੇ ਹਾਂ ਫਿਰ ਅਸੀਂ ਸਮਝਦੇ ਹਾਂ ਅਸੀਂ ਪਾਵਨ ਹੋ ਗਏ, ਪਵਿੱਤਰ। ਜਿੰਨਾ ਚਿਰ ਪਾਪ ਕਰਦਾ ਉਨਾ ਚਿਰ ਪਤਤ ਹੈ, ਪਾਪੀ ਹੈ। ਤੇ ਜਦੋਂ ਕਹਿੰਦੇ ਅਸੀਂ ਪੰਜ ਹੁੱਤੀਆਂ ਪਾ ਦਿੰਦੇ ਹਾਂ ਅੱਗ ਵਿੱਚ ਘਿਓ ਆਦਿਕ ਦੀਆਂ, ਫਿਰ ਅਸੀਂ ਸਮਝਦੇ ਅਸੀਂ ਪਵਿੱਤਰ ਹੋ ਗਏ, ਵੀ ਪੰਜ ਤਰ੍ਹਾਂ ਦੀ ਜੀਵ ਹਿੰਸਾ ਤੋਂ ਅਸੀਂ ਛੁਟਕਾਰਾ ਪ੍ਰਾਪਤ ਕਰ ਲਿਆ। ਤੇ ਫਿਰ ਆਪਣੇ ਆਪ ਨੂੰ ਪਵਿੱਤਰ ਸਮਝ ਕੇ ਫਿਰ ਭੋਜਨ ਕਰਦੇ ਹਾਂ, ਪ੍ਰਸ਼ਾਦਾ ਛਕਦੇ ਹਾਂ। ਤੁਮ ਨਾ ਕਰੋ ਪੰਚ ਅੱਗ ਧਰਾ, ਤੁਸੀਂ ਇਹ ਕੁਝ ਕਰਦੇ ਨਹੀਂ, ਹੁੱਤੀਆਂ ਦਿੰਦੇ ਨਹੀਂ ਅੱਗ ਵਿੱਚ, ਤੇ ਤੁਸੀਂ ਤਾਂ ਬੜਾ ਭਾਰੀ ਪਾਪ ਕਰਦੇ ਹੋ, ਪਾਪੀ ਹੋ ਤੁਸੀਂ, ਉਸੇ ਤਰ੍ਹਾਂ ਹੀ ਭੋਜਨ ਛਕਦੇ ਰਹਿੰਦੇ ਹੋ। ਸ੍ਰੀ ਅਰਜਨ ਸੁਣ ਤਿਮ ਸਮਝਾਇਓ, ਸਿੱਖਾਂ ਨੂੰ ਸਵਾਲ ਬੜੇ ਉਦੋਂ ਹੁੰਦੇ ਸਨ ਸਾਧ ਸੰਗਤ ਜੀ, ਸਿੱਖ ਰਹਿੰਦੇ ਸਾਰੇ ਭਾਈਚਾਰਿਆਂ ਵਿੱਚ ਸੀ, ਕੀ ਬ੍ਰਾਹਮਣ ਕੀ ਮੁਸਲਮਾਨ, ਸਾਰੇ ਸਿੱਖਾਂ ਨਾਲ ਦਵੈਸ਼ ਕਰਦੇ ਸਨ। ਉਹਨਾਂ ਨੂੰ ਕ੍ਰੋਧ ਮਨ ਵਿੱਚ ਆਉਂਦਾ, ਈਰਖਾ ਆਉਂਦੀ ਸੀ ਕਿ ਸਾਡੇ ਵਿੱਚੋਂ ਜਾ ਜਾ ਕੇ ਸਿੱਖ ਬਣੀ ਜਾਂਦੇ ਆ। ਸੋ ਇਹਨਾਂ ਨੂੰ ਕਿਸੇ ਤਰ੍ਹਾਂ ਤਰਕਾਂ ਮਾਰ ਕੇ ਜਾਂ ਇਹਨਾਂ ਨੂੰ ਡਰਾ ਕੇ ਕਿਸੇ ਨਾ ਕਿਸੇ ਤਰ੍ਹਾਂ ਵਾਪਸ ਮੋੜ ਕੇ ਅਸੀਂ ਧਰਮ ਵਿੱਚ ਆਪਣੇ ਵਿੱਚ ਲਿਆਈਏ। ਕਿਉਂ ਸਿੱਖਾਂ ਨੂੰ ਬੜਾ ਸਾਧ ਸੰਗਤ ਜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਉਹਨਾਂ ਸਮਿਆਂ ਵਿੱਚ ਵੀ। ਅੱਜ ਤਾਂ ਸਤਿਗੁਰੂ ਜੀ ਦੀ ਕਿਰਪਾ ਹੈ, ਦੁਨੀਆਂ ਭਰ ਵਿੱਚ ਸਿੱਖ ਬੈਠੇ ਹੈ। ਉਦੋਂ ਤਾਂ ਦੂਰ ਦੁਰਾਡੇ ਥੋੜ੍ਹੀ ਥੋੜ੍ਹੀ ਸੰਗਤ ਹੁੰਦੀ ਸੀ, ਔਰ ਉਹ ਲੋਕ ਵੀ, ਬ੍ਰਾਹਮਣ ਲੋਕ ਵੀ ਔਰ ਮੁਸਲਮਾਨ ਵੀ, ਜਿਹੜੇ ਹੋਰ ਧਰਮਾਂ ਦੇ ਲੋਕ ਵੀ ਸਨ, ਬੋਧੀ ਜੈਨੀ ਇਹ ਟਿਕਣ ਨਹੀਂ ਦਿੰਦੇ ਸਨ। ਕੋਈ ਨਾ ਕੋਈ ਸਿੱਖਾਂ ਉੱਤੇ ਕਿੰਤੂ ਨੁਕਤਾ ਚੀਨੀ ਸਵਾਲ ਤਰਕਾ ਮਾਰੀ ਜਾਣੀਆਂ ਸਾਰਾ ਸਾਰਾ ਦਿਨ, ਫਿਰ ਭੋਲੇ ਪਾਲੇ ਸਿੱਖਾਂ ਨੂੰ ਉਲਝਾ ਲੈਣਾ ਇਹੋ ਜਿਹੀਆਂ ਗੱਲਾਂ ਵਿੱਚ, ਇਹੋ ਜਿਹੇ ਸਵਾਲ ਕਰ ਕਰਕੇ। ਫਿਰ ਉਹ ਸਿੱਖ ਮਹਾਰਾਜ ਕੋਲ ਆਉਂਦੇ, ਸਤਿਗੁਰੂ ਉਹਨਾਂ ਦਾ ਫਿਰ ਸ਼ੰਕਾ ਦੂਰ ਕਰਦੇ ਸਨ। ਸੋ ਸਾਧ ਸੰਗਤ ਜੀ, ਅੱਜ ਤਾਂ ਤੁਹਾਡੇ ਸਾਹਮਣੇ ਕੋਈ ਬੋਲ ਨਹੀਂ ਸਕਦਾ, ਕਲਗੀ ਵਾਲੇ ਸਤਿਗੁਰੂ ਨੇ ਇੰਨਾ ਪ੍ਰਤਾਪ ਤੁਹਾਨੂੰ ਬਖਸ਼ਿਸ਼ ਕਰ ਦਿੱਤਾ। ਉਦੋਂ ਬੜਾ ਕਠਿਨ ਸਮਾਂ ਸੀ, ਇਹ ਉਹ ਸਮੇਂ ਦੀਆਂ ਵਿਚਾਰਾਂ ਆਪ ਸੁਣ ਰਹੇ ਹੋ। ਇਸ ਕਰਕੇ ਸਿੱਖਾਂ ਨੂੰ ਫਿਰ ਧੰਨ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨੂੰ ਜਵਾਬ ਦੇਣ ਵਾਸਤੇ ਸਮਝਾਇਆ। ਜੋ ਆਹਾਰ ਤੁਮ ਸਿੱਖਨ ਖਵਾਇਓ, ਮਹਾਰਾ ਕਹਿੰਦੇ ਜਿਹੜਾ ਤੁਸੀਂ ਪ੍ਰਸ਼ਾਦਾ ਤਿਆਰ ਕਰਕੇ ਘਰ ਵਿੱਚ ਗੁਰਸਿੱਖਾਂ ਨੂੰ ਸੰਗਤਾਂ ਨੂੰ ਪ੍ਰੇਮ ਨਾਲ ਛਕਾਉਂਦੇ ਹੋ। ਵਾਹਿਗੁਰੂ ਕੋ ਨਾਮ ਪਨੰਤੇ, ਔਰ ਵਾਹਿਗੁਰੂ ਦਾ ਨਾਮ ਜਪਦੇ ਹੋ ਸਾਰਾ ਦਿਨ, ਵਾਹਿਗੁਰੂ 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 ਕਰਦੇ ਹੋ, ਵਾਹਿਗੁਰੂ ਨਾਮ ਦਾ ਜਾਪ ਜਪਦੇ ਹੋ ਜਿਹੜੇ ਵੀ ਸਿੱਖ। ਪਿਛੇ ਆਪ ਬੈਠ ਅਚਵੰਤੇ, ਸਾਰਿਆਂ ਨੂੰ ਛਕਾ ਕੇ ਬਾਅਦ ਵਿੱਚ ਆਪ ਛਕਦੇ ਹੋ, ਐਸੀ ਭਾਵਨਾ ਰੱਖਦੇ ਹੋ ਮਨ ਵਿੱਚ। ਇਸ ਤੇ ਪਾਵਨ ਹੋਤ ਆਹਾਰਾ, ਇਸ ਨਾਲ ਹੀ ਤੁਹਾਡਾ ਭੋਜਨ ਪਵਿੱਤਰ ਹੋ ਜਾਂਦਾ। ਭਾ ਵਾਹਿਗੁਰੂ ਵਾਹਿਗੁਰੂ ਕਹਿ ਕੇ ਲੰਗਰ ਬਣਾਇਆ, ਵਾਹਿਗੁਰੂ ਵਾਹਿਗੁਰੂ ਕਰਦਿਆਂ ਸੰਗਤ ਨੂੰ ਗੁਰਸਿੱਖਾਂ ਨੂੰ ਛਕਾ ਦਿੱਤਾ। ਜੇ ਗੁਰਸਿੱਖ ਨਾ ਮਿਲੇ ਤਾਂ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪ ਕੇ ਆਪ ਛਕ ਲਿਆ,
ਵਾਹਿਗੁਰੂ ਕਹਿ ਕੇ ਮੁੱਖ ਵਿੱਚ ਗ੍ਰਾਹੀ ਪਾਉਣੀ ਚਾਹੀਦੀ ਹੈ। ਸਲੋਕ ਵੀ ਪੜ੍ਹਨਾ ਚਾਹੀਦਾ, ਵਾਹਿਗੁਰੂ ਕਹਿ ਕੇ ਵੀ ਗ੍ਰਾਹੀ ਪਹਿਲੀ ਮੁੱਖ ਵਿੱਚ ਪਾਉਣੀ ਚਾਹੀਦੀ ਹੈ ਹਰ ਗੁਰਸਿੱਖ ਨੂੰ। ਇਹ ਸਤਿਗੁਰੂ ਜੀ ਦਾ ਬਚਨ ਹੈ ਕਿ ਭਾਈ ਜਿਹੜਾ ਵਾਹਿਗੁਰੂ ਕਹਿ ਕੇ ਛਕਦੇ ਹੋ ਨਾ, ਨਾਮ ਜਪਦੇ ਹੋ, ਗੁਰਸਿੱਖਾਂ ਨੂੰ ਛਕਾਉਂਦੇ ਹੋ, ਇਹ ਸੇਵਾ ਕਰਦੇ ਹੋ ਸਮੇਂ ਸਮੇਂ, ਇਹਦੇ ਨਾਲ ਤੁਹਾਡਾ ਭੋਜਨ ਤੁਹਾਡਾ ਲੰਗਰ ਆਪਣੇ ਆਪ ਹੀ ਪਵਿੱਤਰ ਹੋ ਜਾਂਦਾ ਸਾਰਾ। ਬਾਣੀ ਪੜ੍ਹਦਿਆਂ ਲੰਗਰ ਬਣਾਓ, ਬਾਣੀ ਪੜ੍ਹਦਿਆਂ ਨਾਮ ਜਪਦਿਆਂ ਵਰਤਾਓ, ਛਕਣ ਲੱਗਿਆਂ ਵਾਹਿਗੁਰੂ ਕਹਿ ਕੇ ਪਹਿਲੀ ਗ੍ਰਾਹੀ ਮੁੱਖ ਵਿੱਚ ਪਾਓ, ਸਾਰੇ ਪਾਪ ਨਿਵਰਤ ਹੋ ਜਾਂਦੇ ਹੈ। ਇਸ ਕਰਕੇ ਮਹਾਰਾਜ ਕਹਿੰਦੇ ਤੁਹਾਡੇ ਲਈ ਇਹ ਜੁਗਤੀ ਹੈ, ਤੁਹਾਡਾ ਆਹਾਰ ਭੋਜਨ ਪਵਿੱਤਰ ਹੀ ਪਵਿੱਤਰ ਹੈ, ਤੁਹਾਨੂੰ ਕੋਈ ਦੋਸ਼ ਨਹੀਂ ਲੱਗੇਗਾ ਜੇ ਵਾਹਿਗੁਰੂ ਨਾਮ ਜਪਦੇ ਹੋ। ਅਗਨ ਦੇਵਤਾ ਬਦਨ ਮਝਾਰਾ, ਕਹਿੰਦੇ ਜਿਹੜਾ ਅਗਨ ਹੈ ਇਹ ਦੇਵਤਿਆਂ ਦਾ ਮੁੱਖ ਮੰਨਿਆ ਹੋਇਆ ਹੈ। ਨਾਰਾਇਣ ਚੇਤਨ ਸਭ ਮਾਹੀ, ਜੋ ਪਰਮੇਸ਼ਰ ਹੈ ਚੇਤਨ ਸਰੂਪ ਹੈ, ਸਾਰਿਆਂ ਵਿੱਚ ਹੀ ਬੈਠਾ ਹਰ ਇੱਕ ਦੇ ਹਿਰਦੇ ਵਿੱਚ। ਇਸ ਕਰਕੇ ਜਦੋਂ ਵਾਹਿਗੁਰੂ ਕਹਿ ਕੇ ਮੁੱਖ ਵਿੱਚ ਪਾਇਆ, ਉਹਦੇ ਨਾਲ ਦੇਵਤੇ ਵੀ ਤ੍ਰਿਪਤ ਹੋ ਗਏ, ਪਰਮੇਸ਼ਰ ਵੀ ਤ੍ਰਿਪਤ ਹੋ ਗਿਆ। ਅਗਨ ਨੂੰ, ਅਗਨ ਦੇਵਤੇ ਨੂੰ ਦੇਵਤਿਆਂ ਦਾ ਮੁੱਖ ਮੰਨਿਆ ਹੈ। ਸੂਰਜ ਸਭ ਕੇ ਦ੍ਰਿਗ ਮਹਿ ਆਹੀ, ਮਹਾਰਾਜ ਕਹਿੰਦੇ ਤੁਹਾਨੂੰ ਹੋਰ ਕਿਤੇ ਲਿਜਾਣ ਦੀ ਲੋੜ ਨਹੀਂ। ਸੱਜੀ ਅੱਖ ਵਿੱਚ ਸੂਰਜ ਦੀ ਔਰ ਖੱਬੀ ਅੱਖ ਦੇ ਵਿੱਚ ਚੰਦਰਮਾ ਦੀ, ਇਹਨਾਂ ਦਾ ਪ੍ਰਕਾਸ਼ ਇਹ ਆਪਣੀਆਂ ਅੱਖਾਂ ਦੇ ਅਭਿਮਾਨੀ ਦੇਵਤੇ ਮੰਨੇ ਹਨ ਗ੍ਰੰਥਾਂ ਦੇ ਵਿੱਚ। ਬੀਚ ਨਾਸ਼ਕਾ ਅਨਸ ਅਸ਼ਨ ਕੁਮਾਰ, ਨਾਸ਼ਕਾ ਦੇ ਵਿੱਚ ਅਸ਼ਨੀ ਕੁਮਾਰ ਆਦਿਕ ਦੇਵਤਿਆਂ ਦਾ ਵਾਸਾ ਹੈ। ਦਿਸ਼ਪਾਲਕ ਹੈ ਸਰਬਨ ਮਝਾਰ, ਇਹਨਾਂ ਨੂੰ ਦਿਸ਼ਪਾਲਕ ਕਿਹਾ ਜਾਂਦਾ, ਉਹਨਾਂ ਦਾ ਕੰਨਾਂ ਵਿੱਚ ਥਾਂ ਹੈ, ਵਾਸਾ ਹੈ। ਰਸਨਾ ਵਿਖੇ ਵਰਨ ਕੋ ਵਾਸ, ਜਵਾਨ ਦੇ ਉੱਤੇ ਵਰਨ ਦੇਵਤੇ ਜਲ ਦੇਵਤੇ ਦਾ ਵਾਸਾ ਹੈ। ਰੋਮ ਬਨਸਪਤੀ ਲੱਖ ਕਰਾਸ, ਜਿਹੜੀ ਰੋਮ ਹਨ ਸਾਰੇ, ਇਹ ਸਾਰੀ ਬਨਸਪਤੀ ਸਮਝ ਲਓ, ਇਹਦੇ ਵਿੱਚ ਸਾਰਿਆਂ ਦੇਵਤਿਆਂ ਦਾ ਵਾਸਾ ਹੈ। ਹਥਨ ਮੈਂ ਸੁਰਪਤ ਥਿਤ ਹੈ, ਔਰ ਹੱਥਾਂ ਦੇ ਵਿੱਚ ਇੰਦਰ ਦਾ ਵਾਸਾ ਮੰਨਿਆ ਜਾਂਦਾ ਹੈ। ਉਹਦਾ ਦੇਵਤਾ ਜਮ ਕੋ ਕਹੈ, ਔਰ ਮਲ ਦਾ ਨਿਕਾਸ ਜਿੱਥੋਂ ਹੁੰਦਾ ਉੱਥੇ ਜਮ ਧਰਮ ਰਾਜ ਦਾ ਵਾਸਾ ਕਹਿੰਦੇ ਹੈ। ਪ੍ਰਜਾਪਤੀ ਲਿੰਗ ਕੋ ਜਾਨੋ, ਔਰ ਸ਼ੇਸ਼ਨ ਵਿੱਚ ਪ੍ਰਜਾਪਤੀ ਦਾ ਨਿਵਾਸ ਜਾਣਿਆ ਜਾਂਦਾ ਹੈ। ਚਰਨਨ ਮੈਂ ਪ੍ਰਭ ਵਿਸ਼ਨੂੰ ਪਛਾਨੋ, ਚਰਨਾਂ ਵਿੱਚ ਪ੍ਰਭੂ ਨੇ ਵਾਹਿਗੁਰੂ ਨੇ ਵਿਸ਼ਨੂੰ ਜੀ ਦਾ ਵਾਸਾ ਮੰਨਿਆ ਹੈ। ਪੌਣ ਤੁਚਾ ਮੈਂ ਇਮ ਸੁਰ ਸਾਰੇ, ਔਰ ਜਿਹੜਾ ਪੌਣ ਦੇਵਤਾ ਇਹਦਾ ਤੁਚਾ ਵਿੱਚ ਚਮੜੀ ਵਿੱਚ ਹੈ। ਇਉਂ ਜਿੰਨੇ ਵੀ ਦੇਵਤੇ ਹਨ ਸਾਰੇ ਹੀ ਮੁੱਖ ਮੁੱਖ ਵਾਸ ਗ੍ਰੰਥ ਸਰੀਰ ਮਝਾਰੇ, ਮਹਾਰਾਜ ਕਹਿੰਦੇ ਉਹ ਸਾਰੇ ਸਰੀਰ ਵਿੱਚ ਹੀ ਵਸਦੇ ਹੈ, ਉਹਨਾਂ ਨੂੰ ਕਿਤੇ ਜਾਣ ਦੀ ਹੋਰ ਥਾਂ ਮੰਨਣ ਦੀ ਲੋੜ ਹੀ ਨਹੀਂ। ਜੇ ਇਸ ਤਰ੍ਹਾਂ ਵੀ ਦੀਰਘ ਸਤਿਗੁਰੂ ਕਹਿੰਦੇ ਵਿਚਾਰ ਕਰਨੀ ਹੈ ਤਾਂ ਭਾਈ ਸਾਰੇ ਇਸੇ ਤਰ੍ਹਾਂ ਹੀ ਵਸਦੇ ਆ ਤੁਹਾਡੀਆਂ ਦੇਹਾਂ ਵਿੱਚ। ਵਾਹਿਗੁਰੂ ਕਹਿ ਜਬ ਮੁਖ ਪਾਵੈ, ਜਦੋਂ ਵਾਹਿਗੁਰੂ ਕਹਿ ਕੇ ਮੂੰਹ ਵਿੱਚ ਪਾ ਲਿਆ ਨਾ ਸਿੱਖ ਨੇ ਭੋਜਨ, ਸਰਬ ਸੁਰਨ ਕੋ ਤਬ ਤ੍ਰਿਪਤਾਵੈ, ਆਖੋ ਭਾਈ ਵਾਹਿਗੁਰੂ ਕਹਿੰਦੇ ਸਾਰੇ ਦੇਵਤੇ ਰੱਜ ਗਏ, ਤ੍ਰਿਪਤ ਹੋ ਗਏ, ਸਭ ਨੂੰ ਮਿਲ ਗਿਆ ਐਸੀ ਕਿਰਪਾ। ਸਤਿਗੁਰੂ ਮਹਾਰਾਜ ਜੀ ਕਹਿੰਦੇ ਵਾਹਿਗੁਰੂ ਨਾਮ ਵਿੱਚ ਹੈ,
ਵਾਹਿਗੁਰੂ ਦਾ ਵਾਸਾ ਆਪਣੀ ਦੇਹ ਵਿੱਚ ਹੈ। ਜਦੋਂ ਮੁੱਖ ਥਣੀ ਗਰਾਸ ਅੰਦਰ ਗਿਆ ਤਾਂ ਪਰਮੇਸ਼ਰ ਦੇ ਪਾਸ ਵੀ ਪਹੁੰਚ ਗਿਆ। ਇਸ ਕਰਕੇ ਵਾਹਿਗੁਰੂ ਦਾ ਇਤਨਾ ਵੱਡਾ ਫਲ ਹੈ, ਸਿੱਖਣ ਕੋ ਗੁਰ ਹਿਤ ਕਰ ਦੇ। ਬਿਨਾਂ ਗੁਰਸਿੱਖਾਂ ਨੂੰ ਬਹੁਤ ਪ੍ਰੇਮ ਧਾਰ ਕੇ ਆਪਣੀ ਸੇਵਾ ਦੰਦਾ ਲੰਗਰ ਛਕਾਉਂਦਾ ਹੈ। ਪੁੰਨ ਮਹਾ ਫਲ ਸੋ ਨਰ ਲੇ, ਜਾਂ ਦਾਨ ਕਰਦਾ ਵਸਤਰ ਆਦਿਕ ਦੰਦਾ, ਧਨ ਆਦਿਕ ਦੰਦਾ, ਉਹਨੂੰ ਬਹੁਤ ਵੱਡਾ ਪੁੰਨਾਂ ਦਾ ਵੀ ਮਹਾ ਫਲ, ਭਾਵ ਵੱਡੇ ਤੋਂ ਵੱਡਾ ਦਾਨ ਦਾ ਫਲ ਉਹ ਪ੍ਰਾਣੀ ਲੈ ਲੈਂਦਾ ਸੇਵਾ ਕਰਨ ਵਾਲਾ। ਕਰ ਅਰਦਾਸ ਪ੍ਰਸਾਦ ਵਰਤਾਵੈ, ਜਦੋਂ ਵੀ ਸਿੱਖ ਨੇ ਦੇਗ ਵਰਤਾਉਣੀ ਆ ਉਦੋਂ ਵੀ ਅਰਦਾਸ ਕਰਕੇ, ਜਦੋਂ ਲੰਗਰ ਵੀ ਵਰਤਾਉਣਾ ਉਦੋਂ ਵੀ ਅਰਦਾਸ ਕਰਕੇ, ਘਰ ਵਿੱਚ ਵੀ ਲੰਗਰ ਅਰਦਾਸਾ ਕਰਕੇ ਵਰਤਾਵੇ। ਇਉਂ ਅਰਦਾਸ ਕਰਕੇ ਲੰਗਰ ਵਰਤਾਉਣਾ ਹੈ ਤੇ ਛਕਣਾ ਹੈ। ਤਿੰਨ ਤ੍ਰਿਆਗ ਅਰ ਬਿਘਨ ਨਸਾਵੈ, ਅਰਦਾਸ ਵਿੱਚ ਤੇ ਵਾਹਿਗੁਰੂ ਨਾਮ ਵਿੱਚ ਇੰਨੀ ਸ਼ਕਤੀ ਹੈ, ਮਹਾਰਾਜ ਕਹਿੰਦੇ ਜਿੰਨੇ ਪਾਪ ਹੁੰਦੇ ਆ ਸਾਰੇ ਉਹਦੇ ਨਾਸ ਹੋ ਜਾਂਦੇ ਆ, ਕੋਈ ਪਾਪ ਨਹੀਂ ਉਹਨਾਂ ਨੂੰ ਲੱਗਦਾ, ਔਰ ਜਿੰਨੇ ਵਿਘਨ ਹੁੰਦੇ ਆ ਦੁੱਖ ਹੁੰਦੇ ਆ ਉਹ ਵੀ ਸਾਰੇ ਦੂਰ ਹੋ ਜਾਂਦੇ ਹਨ। ਐਡੀ ਵੱਡੀ ਸ਼ਕਤੀ ਅਰਦਾਸ ਵਿੱਚ ਤੇ ਵਾਹਿਗੁਰੂ ਨਾਮ ਵਿੱਚ ਹੈ। ਰੱਬ ਸਭ ਸੁਰ ਕੋ ਮੂਲ ਮਹਾਨਾ, ਜੋ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਹੈ ਸਾਰੇ ਦੇਵਤਿਆਂ ਦਾ ਵੀ ਮੁੱਢ ਹੈ, ਉਸ ਤੋਂ ਵੱਡਾ ਕੋਈ ਨਹੀਂ, ਸਾਰੇ ਉਸ ਦੇ ਅਧੀਨ ਹਨ। ਇਸ ਤ੍ਰਿਪਤੇ ਸਭ ਸੁਰ ਤ੍ਰਿਪਤਾਨਾ, ਪਰਮੇਸ਼ਰ ਤ੍ਰਿਪਤ ਹੋ ਗਿਆ ਤਾਂ ਸਾਰੇ ਦੇਵਤੇ ਤ੍ਰਿਪਤ ਹੋ ਗਏ। ਪਰਮੇਸ਼ਰ ਤ੍ਰਿਪਤ ਹੁੰਦਾ ਅਰਦਾਸ ਕਰਕੇ। ਜਦੋਂ ਆਪਾਂ ਕੜਾਹ ਪ੍ਰਸ਼ਾਦ ਨੂੰ ਸ੍ਰੀ ਸਾਹਿਬ ਨਾਲ ਭੋਗ ਲਵਾਈ ਦਾ, ਇਹ ਅਕਾਲ ਪੁਰਖ ਦੀ ਰਸਨਾ ਮੰਨੀ ਹੈ, ਜੇਵਾ ਮੰਨੀ ਹੈ, ਤਾਂ ਸਾਧ ਸੰਗਤ ਜੀ ਪਰਮੇਸ਼ਰ ਨੂੰ ਇਹ ਪ੍ਰਸ਼ਾਦ ਵਾਹਿਗੁਰੂ ਨੂੰ ਭੋਗ ਲੱਗ ਜਾਂਦਾ। ਇਸੇ ਤਰ੍ਹਾਂ ਲੰਗਰ ਦਾ ਵੀ ਮਹਾਰਾਜ ਦਾ ਹੁਕਮ ਹੈ ਕਿ ਸ੍ਰੀ ਸਾਹਿਬ ਲੰਗਰ ਵਿੱਚ ਵੀ ਤੇ ਕੜਾਹ ਪ੍ਰਸ਼ਾਦ ਵਿੱਚ ਵੀ ਕਿਰਪਾਨ ਭੇਟ ਕਰਨੀ, ਇਹ ਪਰਮੇਸ਼ਰ ਦੀ ਰਸਨਾ, ਉਹਦੀ ਵਾਹਿਗੁਰੂ ਪਰਮੇਸ਼ਰ ਦੀ ਰਸਨਾ ਹੈ। ਜਦੋਂ ਉਹ ਤ੍ਰਿਪਤ ਹੋ ਗਿਆ ਸਾਰੇ ਤ੍ਰਿਪਤ ਹੋ ਗਏ, ਪਿੱਛੇ ਕੁਝ ਵੀ ਨਹੀਂ ਰਿਹਾ। ਜਥਾ ਮੂਲ ਤਰ ਸਿੰਚਨ ਕਰੇ, ਬੰਦਾ ਉੱਠ ਕੇ ਡੋਲੂ ਪਾਣੀ ਦਾ ਲੈ ਕੇ ਟਾਹਣੀਆਂ ਨੂੰ ਛਿੜਕਣ ਲੱਗ ਪਵੇ ਵੀ ਮੈਂ ਟਾਹਣੀਆਂ ਨੂੰ ਪਾਣੀ ਦੇ ਰਿਹਾ, ਮੁੱਢ ਨੂੰ ਪਾਣੀ ਨਹੀਂ ਦਿੰਦਾ, ਟਾਹਣੀਆਂ ਕਦੇ ਹਰੀਆਂ ਨਹੀਂ ਰਹਿ ਸਕਦੀਆਂ, ਲੱਖ ਪਾਣੀ ਦਈ ਜਾਵੇ ਟਾਹਣੀਆਂ ਨੂੰ ਪੱਤਿਆਂ ਨੂੰ, ਪਰ ਜੇ ਮੁੱਢ ਨੂੰ ਪਾਣੀ ਪਾ ਦਿਓ ਨਾ ਤਾਂ ਸਾਰਾ ਬਿਰਛ ਹਰਾ ਭਰਾ ਰਹਿੰਦਾ, ਸੁੱਕੇ ਵੀ ਹਰੇ ਹੋ ਜਾਂਦੇ ਆ। ਜਿਹਨੇ ਮੁੱਢ ਨੂੰ ਪਾਣੀ ਸਿੰਜ ਦਿੱਤਾ, ਪਾਣੀ ਪਾ ਦਿੱਤਾ ਹੈ, ਪੱਤਰ ਪੁਸ਼ਪ ਸ਼ਾਖਾ ਹੋਏ ਹਰੇ, ਉਸ ਦੇ ਨਾਲ ਕਹਿੰਦੇ ਉਹਦੇ ਪੱਤਰੇ ਵੀ ਫੁੱਲ ਵੀ ਟਾਹਣੀਆਂ ਵੀ ਸਾਰੇ ਹਰੇ ਭਰੇ ਹਰਿਆਵਲਤਾ ਦੇ ਸਹਿਤ ਹੋ ਜਾਂਦੇ ਆ। ਸੁਣ ਸਿੱਖਣ ਨਿਸ਼ਚੈ ਔਰ ਪਾਇਓ, ਆ ਕਰਕੇ ਕਿਹਾ ਭਾਈ ਵਾਹਿਗੁਰੂ ਨੂੰ ਪ੍ਰਸੰਨ ਕਰ ਲਓ। ਵਾਹਿਗੁਰੂ ਨੂੰ ਪ੍ਰਸੰਨ ਕਰਦਾ ਬਹੁਤਾ ਹੀ ਸੌਖਾ ਤਰੀਕਾ, ਵਾਹਿਗੁਰੂ ਕਹਿ ਕੇ ਪਹਿਲੀ ਗ੍ਰਾਹੀ ਮੂੰਹ ਵਿੱਚ ਪਾ ਲਓ ਬਸ। ਜੇ ਅਰਦਾਸ ਵੀ ਨਹੀਂ ਕਰ ਸਕਦੇ ਨਾ ਤਾਂ ਮਹਾਰਾਜ ਕਹਿੰਦੇ ਵਾਹਿਗੁਰੂ ਕਹਿ ਕੇ ਪ੍ਰਸ਼ਾਦਾ ਛਕ ਲਿਆ ਕਰੋ, ਤੁਹਾਡੀ ਉਹ ਪਹਿਲੀ ਗ੍ਰਾਹੀ ਪਰਮੇਸ਼ਰ ਨੂੰ ਪ੍ਰਾਪਤ ਹੋਏਗੀ। ਉਹ ਪ੍ਰਸੰਨ ਹੈ, ਸਾਰੇ ਪ੍ਰਸੰਨ ਹੈ, ਉਹਦੀ ਕਿਰਪਾ ਨਾਲ ਸਾਰੇ ਪਾਪ ਨਾਸ ਹੋ ਜਾਂਦੇ, ਉਹਦੀ ਕਿਰਪਾ ਨਾਲ ਸਾਰੇ ਪਾਪਾਂ ਦਾ ਫਲ ਨਹੀਂ ਕਦੇ ਮੁੜ ਕੇ ਮਿਲਦਾ,
ਸਾਰੇ ਪਰਮੇਸ਼ਰ ਬਖਸ਼ ਦਿੰਦਾ ਹੈ। ਇੰਨਾ ਸੌਖਾ ਮਾਰਗ ਗੁਰਸਿੱਖਾਂ ਨੂੰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ। ਅਕਾਲ ਪੁਰਖ ਦੀ ਉਪਾਸ਼ਨਾ ਦ੍ਰਿੜ ਕਰਾ ਰਹੇ ਹਨ ਸਤਿਗੁਰੂ ਜੀ। ਸਤਿਗੁਰ ਆਗੈ ਸੀਸ ਝੁਕਾਇਓ, ਸੁਣ ਸਿੱਖ ਨਿਸ਼ਚਾ ਔਰ ਪਾਇਓ। ਸਿੱਖਾਂ ਨੂੰ ਪੂਰਾ ਭਰੋਸਾ, ਪੂਰੀ ਸ਼ੰਕਾ ਨਿਵਿਰਤੀ, ਔਰ ਬ੍ਰਾਹਮਣਾਂ ਨੂੰ ਵੀ ਜਵਾਬ ਦੇਣ ਦੀ ਸਾਰੀ ਜੁਗਤੀ ਦੱਸ ਦਿੱਤੀ ਸੱਚੇ ਪਾਤਸ਼ਾਹ ਜੀ ਨੇ। ਜੇ ਬ੍ਰਾਹਮਣ ਕਹਿਣ ਵੀ ਦੇਵਤਿਆਂ ਨੂੰ ਹੁਤੀਆਂ ਨਹੀਂ ਦਿੱਤੀਆਂ, ਤਾਂ ਮਹਾਰਾਜ ਜੀ ਨੇ ਦੱਸ ਦਿੱਤਾ ਵੀ ਕਿਹੜੇ ਕਿਹੜੇ ਸਰੀਰ ਦੇ ਅੰਗ ਵਿੱਚ ਕਿਸ ਕਿਸ ਦੇਵਤੇ ਦਾ ਨਿਵਾਸ ਹੈ। ਸਾਰੇ ਸਰੀਰ ਵਿੱਚ ਹੀ ਮੁੱਖ ਦੇਵਤੇ ਵੱਸਦੇ ਆ। ਜੇ ਵਾਹਿਗੁਰੂ ਕਹਿ ਕੇ ਭੋਜਨ ਛਕ ਲਿਆ, ਉਹ ਪਰਮੇਸ਼ਰ ਕੋਲੇ ਅੱਪੜ ਗਿਆ ਤੇ ਉਹ ਸਾਰੇ ਦੇਵਤਿਆਂ ਨੂੰ ਮਿਲ ਗਿਆ, ਉਹਨਾਂ ਦਾ ਹਿੱਸਾ। ਤਾਂ ਵੀ ਮਹਾਰਾਜ ਜੀ ਉਹਨਾਂ ਦੇ ਸਵਾਲਾਂ ਦਾ ਵੀ ਜਵਾਬ ਦੇ ਦਿੱਤਾ, ਜੇ ਉਹਨਾਂ ਨੂੰ ਦਲੀਲ ਯੁਕਤ ਜਵਾਬ ਦੇਣਾ ਸੀ। ਔਰ ਦੂਸਰਾ ਗੱਲ ਹੀ ਨਿਬੇੜ ਦਿੱਤੀ ਵੀ ਵਾਹਿਗੁਰੂ ਕਹਿ ਕੇ ਪਹਿਲੀ ਗ੍ਰਾਹੀ ਪਾ ਲਿਆ ਕਰੋ। ਭੋਜਨ ਛਕਣ ਤੋਂ ਪਹਿਲਾਂ ਵੀ ਪਰਮੇਸ਼ਰ ਨੂੰ ਯਾਦ ਕਰਨਾ, ਹੱਥ ਧੋ ਕੇ ਛੱਕ ਕੇ ਵੀ ਹੱਥ ਪਵਿੱਤਰ ਕਰਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ, ਅਰਦਾਸ ਕਰਨੀ। ਸੋ ਮਹਾਰਾਜ ਕਹਿੰਦੇ ਭਾਈ ਸਾਰੇ ਦੁੱਖ ਪਾਪ ਉਹਨਾਂ ਦੇ ਨਾਸ ਹੋ ਜਾਂਦੇ ਹਨ ਜਿਹੜਾ ਪਰਮੇਸ਼ਰ ਨਾਲ ਜੁੜਿਆ ਰਹੇ, ਵਾਹਿਗੁਰੂ ਤੋਂ ਕਦੇ ਬੇਮੁੱਖ ਨਾ ਹੋਵੇ। ਇਉਂ ਸਿੱਖਾਂ ਨੂੰ ਪੂਰਾ ਭਰੋਸਾ ਸਤਿਗੁਰੂ ਜੀ ਦੇ ਬਚਨਾਂ ਤੇ ਆਇਆ ਤੇ ਇਹਨਾਂ ਗੁਰਸਿੱਖਾਂ ਨੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਮਨ ਦੀਆਂ ਸ਼ੰਕਾਵਾਂ ਨਿਵਿਰਤ ਹੋਈਆਂ, ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸਾਰਿਆਂ ਨੇ ਮਿਲ ਕੇ ਵਾਰ ਵਾਰ ਨਮਸਕਾਰ ਕੀਤੀ। ਸੋ ਸਾਧ ਸੰਗਤ ਜੀ, ਐਸਾ ਮਹਾਨ ਇਤਿਹਾਸ ਜੋ ਗੁਰਸਿੱਖਾਂ ਦੇ ਉੱਤੇ ਮਹਾਨ ਬਖਸ਼ਿਸ਼ਾਂ ਕਰਨ ਵਾਲਾ ਹੈ, ਸਮਾਂ ਅੱਗੇ ਜਾਣ ਦੀ ਆਗਿਆ ਨਹੀਂ ਦਿੰਦਾ। ਆਓ ਸੰਗਤ ਜੀ, ਆਪਾਂ 1 ਜੂਨ ਤੋਂ ਲੈ ਕੇ 5 ਜੂਨ ਤੱਕ ਸ਼ਾਮ ਨੂੰ 4 ਵਜੇ ਤੋਂ 6:30 ਵਜੇ ਤੱਕ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਸ਼ਹੀਦੀ ਦੀਵਾਨਾਂ ਵਿੱਚ ਵੱਧ ਚੜ ਕੇ ਹਾਜ਼ਰੀ ਭਰਨੀ ਹੈ। ਇਸ ਤੋਂ ਇਲਾਵਾ 6 ਜੂਨ ਨੂੰ ਸੁਬਾਹ ਤੋਂ ਹੀ ਸ਼ਾਮ ਦੇ 4 ਵਜੇ ਤੱਕ ਸ਼ਹੀਦੀ ਸਮਾਗਮਾਂ ਦੇ ਵਿੱਚ ਹੁੰਮ ਹਮਾ ਕੇ ਤੁਸੀਂ ਸਾਰਿਆਂ ਨੇ ਪਹੁੰਚਣਾ, ਯਥਾ ਸ਼ਕਤ ਸੇਵਾਵਾਂ ਵਿੱਚ ਵੀ ਆਪਣਾ ਹਿੱਸਾ ਪਾਉਣਾ। ਔਰ 30 ਮਈ ਨੂੰ ਦਿਨੇ 12 ਵਜੇ ਮੀਟਿੰਗ ਰੱਖੀ ਗਈ ਹੈ ਪਤਵੰਤੇ ਮੁਖੀ ਸਿੰਘਾਂ ਦੀ, ਉਸ ਵਿੱਚ ਵੀ ਪਤਵੰਤੇ ਮੁਖੀ ਸਿੰਘਾਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ। ਸੋ ਦਾਸ ਵੱਲੋਂ ਸਾਰੇ ਨਗਰ ਦੀ, ਇਲਾਕੇ ਦੀ ਸੰਗਤ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਹੈ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦਾ, ਮੁੱਖ ਗ੍ਰੰਥੀ ਸਾਹਿਬ ਜੀ ਦਾ, ਰਾਜਾ ਰਜਿੰਦਰ ਸਿੰਘ ਜੀ ਦਾ, ਜਿਨ੍ਹਾਂ ਦਾ ਬਹੁਤ ਵੱਡਾ ਉਪਰਾਲਾ ਹੁੰਦਾ ਹਰ ਸਾਲ ਇਹਨਾਂ ਸਮਾਗਮਾਂ ਲਈ, ਔਰ ਬੜੇ ਚਾਅ ਉਤਸ਼ਾਹ ਨਾਲ ਸਾਰੀ ਤਿਆਰੀ ਕਰਾਉਂਦੇ ਹੈ। ਅੱਜ ਵੀ ਦੇਖ ਰਹੇ ਹੋ ਕਿੰਨੀ ਉਹਨਾਂ ਨੇ ਬੜੀ ਮਿਹਨਤ ਨਾਲ, ਚਾਅ ਨਾਲ ਸ਼ਹੀਦੀ ਦੀਵਾਨ ਦੀ ਤਿਆਰੀ ਕਰਵਾਈ ਹੈ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ। ਜਿਨ੍ਹਾਂ ਸੰਗਤਾਂ ਨੇ ਇਹਨਾਂ ਸਮਾਗਮਾਂ ਵਿੱਚ ਆਪਣਾ ਯੋਗਦਾਨ ਪਾਇਆ, ਮੈਂ ਸਾਰਿਆਂ ਦਾ ਹੀ ਔਰ ਭਾਈ ਰਾਜਾ ਰਜਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ। ਔਰ ਸਾਧ ਸੰਗਤ ਜੀ, ਸੰਗਤ ਦੇ ਵਿੱਚ ਸਰਦਾਰ ਤਰਲੋਕ ਸਿੰਘ ਜੀ ਬਾਠ, ਇਸੇ ਹੀ ਤਰ੍ਹਾਂ ਸਰਦਾਰ ਤਰਸੇਮ ਸਿੰਘ ਜੀ ਤਾਰਪੁਰ, ਇਸੇ ਤਰ੍ਹਾਂ ਸਰਦਾਰ ਜਤਿੰਦਰ ਸਿੰਘ ਜੀ ਲੱਦਾ ਮੁੰਡਾ, ਔਰ ਉਚੇਚੇ ਤੌਰ 'ਤੇ
ਭਾਈ ਸਾਹਿਬ ਭਾਈ ਮੇਜਰ ਸਿੰਘ ਜੀ ਅਮੈਰੀਕਾ ਤੋਂ ਅੱਜ ਇਹਨਾਂ ਸ਼ਹੀਦੀ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰਨ ਵਾਸਤੇ ਪਹੁੰਚੇ ਹੈ। ਇਸੇ ਤਰ੍ਹਾਂ ਸਰਦਾਰ ਮੰਗਲ ਸਿੰਘ ਜੀ ਬਟਾਲਾ, ਸਰਦਾਰ ਲਖਵਿੰਦਰ ਸਿੰਘ ਜੀ ਸੋਨਾ, ਸਾਰੇ ਸਿੰਘਾਂ ਦਾ ਭਾਈ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ। ਆਓ ਅਰਦਾਸ ਵਿੱਚ ਜੁੜੀਏ, ਉਪਰੰਤ ਸ਼੍ਰੀ ਮੁਖਵਾਕ ਸੁਣਨਾ ਹੈ, ਫਿਰ ਪ੍ਰਿੰਸੀਪਲ ਸਰਦਾਰ ਗੁਰਦੀਪ ਸਿੰਘ ਜੀ ਕੁਝ ਬੇਨਤੀਆਂ ਕਰਨਗੇ, ਉਹ ਵੀ ਬੇਨਤੀਆਂ ਧਿਆਨ ਪੂਰਵਕ ਸੁਣਨੀਆਂ ਹਨ। ਸਤਿਗੁਰੂ ਜੀ ਦਾ ਸੁਖਾਸਨ ਹੋਏਗਾ। ਮਹਾਰਾਜ ਜਦੋਂ ਆਪਣੇ ਆਸਨ ਤੇ ਬਿਰਾਜਮਾਨ ਹੋ ਗਏ, ਸਾਰਿਆਂ ਨੇ ਲੰਗਰ ਜਲ ਪਾਣੀ ਤਿਆਰ ਛੱਕ ਕੇ ਫਿਰ ਘਰਾਂ ਨੂੰ ਜਾਣਾ। ਇਤਨੀ ਹਾਜ਼ਰੀ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਸੁਣ ਸਿੱਖਨ ਨਿਸ਼ਚੈ ਉਰ ਪਾਇਓ, ਸਤਿਗੁਰ ਆਗੈ ਸੀਸ ਝੁਕਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾ